ਆ ਜੀਤੇ ਹੁਣਾਂ ਨੂੰ ਦੇਖ ਲਾ, ਓਨੀ ਜ਼ਮੀਨ ਅਗਲੇ ਨੂੰ ਦੋਨਾਂ ਭਾਈਆਂ ਨੂੰ ਆਉਂਦੀ ਆ, ਤੈਨੂੰ ਇਕੱਲੇ ਨੂੰ ਆਉਂਦੀ ਸੀ। ਅਗਲੇ ਨੇ ਦੁੱਗਣੀ ਜ਼ਮੀਨ ਬਣਾ ਲਈ, ਤੂੰ ਤਾਂ ਜਿਹੜੀ ਸੀਗੀ ਉਹ ਵੀ ਵਿੱਚ ਵੱਟ ਕੇ ਖਾ ਗਿਆ। ਕੋਈ ਹੈਗਾ ਤਾਂ ਤੂੰ ਅੱਧ ਦਾ ਮਾਲਕ ਹੀ ਐ, ਪਰ ਤੂੰ ਐ ਸੋਚ ਆ ਖਰਚਾ ਪਾਣੀ ਤੇ ਕਬੀਲਦਾਰੀ ਉਹ ਤਾਂ ਤੇਰੀ ਤਨਖਾਹ ਨਾਲ ਹੀ ਚੱਲੀ ਜਾਂਦੀ ਐ, ਫਿਰ ਤੇਰਾ ਹਿੱਸਾ ਜ਼ਮੀਨ ਦਾ ਕਿੱਧਰ ਗਿਆ? ਇਹ ਕੀ ਕਰਦੀ ਆ ਤੂੰ? ਮੈਂ ਤਾਂ ਤਾਈ ਨੂੰ ਆਟਾ ਦਿੰਨੀ ਆ। ਰਹਿਣ ਦੇ, ਇਹਨੂੰ ਨਾ ਦੇ ਆਟਾ। ਹਾਂ, ਇਹਨਾਂ ਇਹੋ ਜਿਹਾ ਸੁਭਾਅ ਪਾਇਆ ਮਾੜਾ ਗਾ। ਲੈ ਭੈਣੇ ਇਹ ਕੀ ਗੱਲ ਹੋਈ, ਕਿਉਂ ਮੈਂ ਘਰ ਚੋਂ ਕੋਈ ਚੀਜ਼ ਦੇਣ ਦੀ ਵੀ ਹੱਕਦਾਰ ਨਹੀਂ ਹੈਗੀ? ਮੇਰੀ ਤਾਂ ਹੁਣ ਉਹਦੇ ਨਾਲ ਜਵਾਨ ਹੋ ਗਈ, ਮੈਂ ਤਾਂ ਆਟਾ ਦੇਊਂਗੀ। ਮੇਰਾ ਤਾਂ ਨਾ ਭੈਣ ਨਾਲ ਹਰਕ ਜਾ ਰੱਖਣ ਨੂੰ ਜਮੀਨ ਸੱਚੀ ਚੀਜ਼ ਆ। ਗੱਲ ਜੱਸੀ ਮੇਰੀ ਗੱਲ ਸੁਣ, ਉਹਨੇ ਸਾਰੀ ਉਮਰ ਟਪਾਤੀ ਸੂਟ ਪਾਉਂਦੀ ਨੇ, ਤੈਨੂੰ ਕੀ ਪਤਾ ਤੇਰੇ ਤੋਂ ਪਹਿਲਾਂ ਉਹਨੇ ਕਿੰਨੇ ਸੂਟ ਹੰਢਾ ਲਏ, ਨਾਲੇ ਤੈਨੂੰ ਨਹੀਂ ਪਤਾ ਹੈਗਾ ਇਹ ਸੂਟ ਨਾ ਮੈਂ ਜਾਣ ਕੇ ਇਹੋ ਜਿਹਾ ਲੈ ਕੇ ਆਇਆ ਗਾ। ਆਹ ਹੁਣ ਕਿਹੜਾ ਯਾਰ, ਇਹ ਤਾਂ ਦਾਦੀਆਂ ਵਾਲਾ ਸੂਟ ਆ। ਉਹ ਭਰਾਵਾ ਆ ਸਮਿਆ ਦੇ, ਕੋਈ ਨਹੀਂ ਆ ਜੱਸੀ ਬੱਲਿਆ ਫੜਾ ਦੇ ਮੈਨੂੰ। ਚੱਲ ਆ ਵਾਲੀ ਭਾਬੀ ਤੋਂ ਕੋਈ ਨਹੀਂ, ਕੋਈ ਨਹੀਂ ਕਹਿੰਦਾ, ਮੈਂ ਉਹ ਕਹਿਣਾ ਵੀ ਤੈਨੂੰ ਮਾੜਾ ਮੋਟਾ ਚੱਜ ਦਾ ਤਾਂ ਲਿਆ ਆਉਂਦਾ ਜਦੋਂ ਗਈ ਸੀ। ਓਏ ਆ ਲੈ ਯਾਰ, ਆ ਚੱਕ ਸੂਟ, ਹੁਣ ਤੇਰੇ ਵਾਲੀ ਵੀ ਪਾ ਦੀ। ਉਹ ਬੋਲਦਾ ਕਿ ਮੈਂ ਛੋਟੇ ਤੇਰੇ ਵਾਲੀ ਤੋਂ, ਤੇਰੀ ਮਾਂ ਵਰਗੀ ਭਰਜਾਈ ਆ, ਮਾਂ ਮਾਂ ਤੂੰ ਪਹਿਲਾਂ ਕਰਦਾ ਹੁੰਦਾ ਸੀ, ਹੁਣ ਤੇਰੇ ਵਾਲੀ ਨੂੰ ਕਹਿਣਾ, ਮੈਂ ਕੀ ਕਰਾਉਣਾ ਇਹ ਤਾਂ ਸੂਟ ਤੋਂ ਕਾਂ ਕਰਦੇ ਹੋ ਯਾਰ ਤੁਸੀਂ। ਦੀਦੀ ਚਾਹ ਪੀਣ ਨੂੰ ਜੀ ਕਰੀ ਜਾਂਦਾ ਨਾ, ਹਾਂ ਤੁਹਾਡਾ ਵੀ ਕਰਦਾ? ਹਾਂ, ਮੈਂ ਮਾਸੀ ਨੂੰ ਆਖ ਕੇ ਆਵਾਂ। ਹਾਂ ਜਾ। ਮੰਮੀ ਮੰਮੀ, ਮਾਸੀ ਜੀ ਕਿੱਥੇ ਆ? ਮਾਸੀ ਤਾਂ ਪੁੱਤ ਉਹਦੇ ਕੱਪੜੇ ਚੱਕ ਕੇ ਲੈ ਕੇ, ਮੈਨੂੰ ਲੱਗਦਾ ਨਹਾਉਣ ਵਗ ਗਈ ਉਹ ਤਾਂ। ਕੀ ਹੋ ਗਿਆ? ਮੈਂ ਤੇ ਖੁਸ਼ੀ ਨੇ ਚਾਹ ਪੀਣੀ ਆ। ਚਾਹ ਪੀਣੀ ਆ? ਚਾਹ ਕਰਕੇ ਨਹੀਂ ਦਿੱਤੀ ਤੇਰੀ ਮਾਸੀ ਨੇ? ਨਹੀਂ। ਚੱਲ ਕੋਈ ਨੀ, ਤੂੰ ਪੜ ਲਓ ਪੁੱਤ, ਮੈਂ ਲਿਆਉਣੀ ਆ ਚਾਹ ਕਰਕੇ। ਚੰਗਾ ਆਹੋ। ਜੱਸੀ ਤਾਂ ਇੱਕ ਮਿੰਟ ਦਾ ਵਿਸ਼ਾ ਨਹੀਂ ਕਰਦੀ ਕੁੜੀਆਂ ਦਾ, ਅੱਜ ਕੀ ਗੱਲ ਹੋ ਗਈ? ਹੇ ਪਰਮਾਤਮਾ, ਮੈਨੂੰ ਲੱਗਦਾ ਮੇਰੇ ਘਰ ਨੂੰ ਲੋਕਾਂ ਦੀ ਨਜ਼ਰ ਲੱਗਦੀ ਜਾਂਦੀ ਆ, ਕਿਤੇ ਜੱਸੀ ਲੋਕਾਂ ਦੀਆਂ ਗੱਲਾਂ ਚ ਤਾਂ ਨਹੀਂ ਆ ਗਈ। ਹਾਏ ਮੇਰਾ ਜੀਤਾ ਪੁੱਤ, ਦੇਖੀ ਰੱਬਾ ਉਹਦੇ ਵਿੱਚ ਮੇਰੀ ਜਾਨ ਵੱਸਦੀ ਆ, ਕਿਤੇ ਮੇਰੇ ਪੁੱਤ ਨੂੰ ਮੇਰੇ ਤੋਂ ਦੂਰ ਨਾ ਕਰਦੀ ਤੂੰ। ਜਵਾਖੜੀਆਂ ਨੂੰ ਤਾਂ ਚਾਹ ਦੀ ਘੁੱਟ ਕਰਕੇ ਦੇਣਾ, ਇਹਨਾਂ ਨੂੰ ਕੀ ਪਤਾ। ਚੱਲ ਜੱਸੀ ਨੂੰ ਨਹਾ ਕੇ ਆਉਣ ਦੇ, ਮੈਂ ਗੱਲ ਕਰਦੀ ਆ। ਕੀ ਪਤਾ ਮੇਰੇ ਮਨ ਦਾ ਹੀ ਵਹਿਮ ਹੋਵੇ, ਮੈਂ ਵੀ ਕਮਲੀ ਆ, ਮਾੜੀ ਜਿਹੀ ਗੱਲ ਤੇ ਡਰ ਜਾਂਦੀ। ਨਾ ਲਈ ਜੱਸੀ? ਹਾਂ ਭੈਣੇ ਨਾ ਲਈ। ਮੈਂ ਤਾਂ ਨਾ ਗੱਲ ਕਰਦੀ ਸੀ ਵੀ ਤੂੰ ਜਵਾਕਾਂ ਨੂੰ ਚਾਹ ਹੀ ਨੀ ਕਰਕੇ ਦਿੱਤੀ, ਲੈ ਚੱਲ ਫੇਰ ਨਾ ਲੈਂਦੀ। ਉਹ ਭੈਣੇ ਮੈਂ ਤਾਂ ਭੁੱਲ ਗਈ, ਯਾਦ ਨੀ ਰਿਹਾ ਮੈਨੂੰ ਤਾਂ। ਆਏ ਆ ਜੱਸੀ, ਵਿਚਾਰੇ ਸਵੇਰ ਦੇ ਗਏ ਨੇ ਦੇਖ ਚਾਹ ਦੀ ਘੁੱਟ ਪੀ ਕੇ, ਉਹ ਤਾਂ ਚੱਜ ਨਾਲ ਰੋਟੀ ਪਾਣੀ ਵੀ ਨੀ ਖਾਂਦੇ। ਤੂੰ ਪਹਿਲਾਂ ਚੱਲ ਜਵਾਕਾਂ ਨੂੰ ਆਪਾਂ ਚਾਹ ਪਾਣੀ ਦੇ ਦਿਆ ਕਰੀਏ, ਹਨਾ? ਮੈਂ ਤਾਂ ਤੇਰੇ ਸਿਰ ਤੇ ਛੱਡਤੀ ਗੱਲ। ਚੱਲ ਕੋਈ ਨਾ ਭੈਣੇ, ਜੇ ਤੂੰ ਬਣਾਤੀ ਫੇਰ ਕੀ ਆ, ਉਹ ਵੀ ਚਾਹੀ ਆ, ਮੈਂ ਕਿਹੜਾ ਕੋਈ ਜ਼ਿਆਦਾ ਮਿੱਠੀ ਬਣਾਉਂਦੀ ਚਾਹ। ਚਲੋ ਇਹ ਵੀ ਠੀਕ ਆ, ਚੰਗਾ। ਫਰਕ ਜਿਹਾ ਤਾਂ ਮੈਨੂੰ ਪੈ ਗਿਆ ਲੱਗਦਾ ਜੱਸੀ ਦੇ ਸੁਭਾਅ ਦਾ, ਅੱਗੇ ਤਾਂ ਉਹ ਜਮੀ ਨਹੀਂ ਭੁੱਲਦੀ ਹੈਗੀ, ਜਵਾਕਾਂ ਨੂੰ ਲੈ ਚਾਹ ਪਾਣੀ ਦੇਣੀ ਭੁੱਲ ਗਈ। ਚਲੋ ਇਹਦੀ ਵੀ ਗੱਲ ਠੀਕ ਆ, ਲੈ ਜੇ ਮੈਂ ਕਰਤੀ ਫਿਰ ਕੀ ਹੋ ਗਿਆ, ਹੈਂ? ਉਹ ਕਿਹੜਾ ਜ਼ਿਆਦਾ ਮਿੱਠੀ ਕਰ ਦਿੰਦੀ, ਐਂ ਵੀ ਕਮਲੀ ਆ। ਚਲੋ ਇਹਦੇ ਨਾਲ ਗੱਲ ਕਰਦੀ ਹਾਂ ਹੱਥਾਂ ਨੂੰ। ਐਤਕੀ ਨਾ ਥੋੜ੍ਹੀ ਜਿਹੀ ਰੀਣ ਵੱਧ ਗਈ, ਧੂੜੀ ਸੁੱਕ ਗਈ ਸੀ ਨਾ, ਮੌਕੇ 'ਤੇ ਮਸ਼ੀਨ ਨਹੀਂ ਮਿਲੀ, ਤਾਂ ਕਰਕੇ ਸੁੱਕੀ ਦੀ ਕਾਹਨੂੰ ਬਣਦੀ ਹੈ, ਤਾਂ ਦੂਜੇ ਦਿਨ ਹੀ ਲਾ ਲਏ ਮਸ਼ੀਨ।
ਤੂੰ ਕਿਵੇਂ ਭਗਵਾਨ ਐ ਖੜੀ ਆ? ਕੀ ਸੋਚੀ ਜਾਂਦੀ ਆ? ਕੁਛ ਨੀ, ਮੈਂ ਤਾਂ ਉਹੀ ਖੜੀ ਆ। ਉਹੀ ਤਾਂ ਨੀ ਖੜੀ, ਲੱਗਦਾ ਤਾਂ ਕੋਈ ਗੱਲ ਆ ਜਿਹੜੀ ਐ ਖੜੀ ਆ। ਦੱਸ ਕੀ ਸੋਚਦੀ ਆ? ਮੈਂ ਤਾਂ ਐ ਸੋਚੀ ਜਾਂਦੀ ਆ ਵੀ ਅੱਗੇ ਤਾਂ ਨਾ ਜੱਸੀ ਜਦੋਂ ਜਵਾਕ ਆਉਣ ਵਾਲੇ ਹੁੰਦੇ ਪਹਿਲਾਂ ਹੀ ਚਾਹ ਦੀ ਕੁੱਟ ਧਰ ਦਿੰਦੀ ਸੀ, ਤੇ ਅੱਜ ਜੱਸੀ ਨੇ ਤਾਂ ਚਾਹ ਹੀ ਨੀ ਕਰਕੇ ਦਿੱਤੀ ਜਵਾਕਾਂ ਨੂੰ, ਤੇ ਨਹਾਉਣ ਲੱਗ ਗਈ। ਉਹ ਫਿਰ ਇਹ ਕੀ ਸੋਚਣ ਵਾਲੀ ਗੱਲ ਆ? ਕਈ ਵਾਰ ਉਹੀ ਬੰਦੇ ਦੇ ਧਿਆਨ ਚ ਨੀ ਰਹਿੰਦਾ ਜਵਾਕਾਂ ਨੇ ਆਉਣਾ, ਉਹ ਨਹਾਉਣ ਲੱਗ ਗਈ। ਤੂੰ ਕਰਤੀ ਚਾਹ ਹੁਣ ਜਵਾਕਾਂ ਨੂੰ? ਚਾਹ ਤਾਂ ਮੈਂ ਕਰਤੀ ਜਵਾਕਾਂ ਨੂੰ ਫੜਾ ਤੀ। ਫਿਰ ਐਵੇਂ ਨਾ ਸੋਚਿਆ ਕਰ, ਇਹ ਤਾਂ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ, ਉਹੀ ਕਿਤੇ ਨਹੀਂ ਧਿਆਨ ਚ ਰਹਿੰਦਾ। ਜੇ ਤੂੰ ਚਾਹ ਕਰਤੀ ਨਹੀਂ ਤਾਂ ਮੈਨੂੰ ਲਿਆ ਚਾਹ, ਤੇ ਨਾ ਫੜਾ ਦੇ ਜੱਸੀ ਨੂੰ, ਠੀਕ ਆ? ਐਵੇਂ ਨਾ ਮਨ ਤੇ ਲਾ ਲਿਆ ਕਰ ਹਰੇਕ ਗੱਲ, ਘਰਾਂ ਚ ਇਹਦੀਆਂ ਛੋਟੀਆਂ ਮੋਟੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ। ਚੱਲ ਜਾ ਲਿਆ ਮੈਨੂੰ ਚਾਹ। ਉਹਨੇ ਤਾਂ ਕਦੇ ਵਸਾਈ ਨੀ ਸੀ ਕੀਤਾ, ਅੱਜ ਮੇਰਾ ਤਾਂ ਹੋਰ ਹੀ ਦਿਲ ਜਿਹਾ ਹੋਇਆ ਪਿਆ। ਓਏ ਤੂੰ ਤਾਂ ਉਹੀ ਸੋਚਾਂ ਚ ਪਈ ਰਹਿੰਦੀ ਆ, 100 ਪਾਸੇ ਧਿਆਨ ਹੁੰਦਾ। ਜਵਾਖੜੀ ਨੇ ਜੇ ਇੱਕ ਦਿਨ ਨਹੀਂ ਪਈ ਜਵਾਕਾਂ ਨੂੰ ਚਾਹ, ਕਿਵੇਂ ਸੋਚਣ ਲੱਗ ਗਈ? ਲੈ ਕਹਿੰਦੀ ਫਰਕ ਹੀ ਪੈ ਗਿਆ। ਐਂ ਫਰਕ ਪੈਂਦਾ ਹੁੰਦਾ ਭਾਈਆਂ ਚ? ਲੈ ਸਾਰੇ ਕਹੀ ਜਾਂਦੇ ਵੀ ਐਡੀ ਗੱਲ ਨੀ ਹੈਗੀ, ਮੈਂ ਕਾਮਲੀ ਆ, ਹੋਰ ਕੁਛ ਸੋਚੀ ਜਾਂਦੀ। ਚੱਲ ਮੈਂ ਜਵਾਖੜੀ ਨੂੰ ਚਾਹ ਫੜਾ ਕੇ ਆਵਾਂ, ਹੈਗੀ ਤਾਂ ਨਿਆਣੀ ਹੋਈ ਆ ਨਾ, ਭੁੱਲ ਗਈ ਹੋਊਗੀ। ਜੱਸੀ ਲੈ ਫੜ ਚਾਹ ਪੀ ਲੈ। ਨਾ ਭੈਣੇ ਮੈਂ ਨੀ ਪੀਣੀ ਚਾਹ। ਕਿਉਂ, ਚਾਹ ਤਾਂ ਤੁਹਾਨੂੰ ਪੀਣੀ, ਕੀ ਗੱਲ ਹੋ ਗਈ? ਆ ਪਹਿਲਾਂ ਭੈਣੇ ਮੈਂ ਚਾਹ ਧਰਨੀ ਭੁੱਲ ਗਈ, ਅੱਜ ਮੈਂ ਚੱਲ ਪਹਿਲਾਂ ਨਹਾਉਣ ਲੱਗ ਗਈ, ਫਿਰ ਤੂੰ ਮੈਨੂੰ ਗੱਲਾਂ ਜਿਹੀਆਂ ਸੁਣਾਈਆਂ, ਹੁਣ ਪਿਆ ਕੇ ਚਾਹ ਫਿਰ ਗੱਲਾਂ ਜਿਹੀਆਂ ਸੁਣਾਈ ਜਾਵੇਂਗੀ। ਹਾਏ ਹਾਏ, ਮੈਂ ਤਾਂ ਤੈਨੂੰ ਕਦੇ ਉਹੀ ਨਹੀਂ ਕੋਈ ਗੱਲ ਸੁਣਾਈ, ਫਿਰ ਕੀ ਹੋ ਗਿਆ ਜੇ ਮੇਰੇ ਮੂੰਹ ਚੋਂ ਕੋਈ ਗਲਤ ਗੱਲ ਨਿਕਲ ਗਈ? ਲੈ ਫੜ ਤੂੰ ਚਾਹ ਪੀ ਲਾ। ਨਾ ਭੈਣੇ ਮੈਂ ਕਹਿ ਤਾ ਨਾ ਮੈਂ ਨਹੀਂ ਚਾਹ ਪੀਣੀ, ਜਦੋਂ ਮੇਰਾ ਜੀ ਕਰੂਗਾ ਮੈਂ ਆਪੇ ਬਣਾ ਕੇ ਪੀ ਲੂੰਗੀ। ਦੇਖੀ ਮੈਂ ਤਾਂ ਵਿਚਾਰੀ ਭੈਣ ਨੂੰ ਮੈਂ ਪੂਰੀ ਚਨੀ ਮਜ਼ਾ ਬੋਲ ਕੇ ਹੈ ਨਾ, ਪੂਰੂ ਜੇ ਲੱਗਦਾ ਮੈਨੂੰ ਤਾਂ, ਪਰ ਕੀ ਕਰਾਂ, ਫਸ ਗਈ ਵਿਚਾਲੇ। ਹੁਣ ਜੇ ਤਾਂ ਇਹ ਪਾਸਾ ਦੇਖਦੀ ਹਾਂ ਤਾਂ ਮੈਨੂੰ ਸੱਚੀ ਹੋਰੂ ਜੇ ਲੱਗਦਾ, ਦਿਲ ਜਿਹਾ ਦੁਖੀ ਹੁੰਦਾ, ਅਤੇ ਜੇ ਲੰਮੀ ਸੋਚਦੀ ਹਾਂ ਫਿਰ ਮੈਨੂੰ ਠੀਕ ਵੀ ਲੱਗਦਾ। ਚੱਲ ਕੋਈ, ਇਹਨਾਂ ਨਾਲ ਗੱਲ ਕਰਕੇ ਦੇਖਦੀ ਹਾਂ। ਇੱਕ ਵਾਰੀ ਤਾਂ ਸੱਚੀ ਮਨ ਜਾ ਦੋ ਚਿੱਤਾ ਜਿਹਾ ਹੋਇਆ ਪਿਆ। 34,000 ਕੀ ਕਰੀ ਜਾਂਦੇ ਹੋ ਜੀ? ਕੁਛ ਨਹੀਂ, ਤਾਂ ਆਫਿਸ ਦਾ ਕੰਮ ਸੀਗਾ। ਕਿਵੇਂ, ਕੀ ਗੱਲ? ਬਸ ਗੱਲ ਕੀ ਹੋਣੀ ਆ, ਮੇਰਾ ਤਾਂ ਨਾ ਜਚਿੱਤ ਜਿਹਾ ਸੱਚੀ ਹੋਰੂ ਜੇ ਹੋਇਆ ਪਿਆ। ਕਿਉਂ, ਕੀ ਹੋ ਗਿਆ ਜਿੱਤ ਨੂੰ? ਅੱਜ ਮੈਂ ਨਾ ਜਵਾਕਾਂ ਵਾਸਤੇ ਸਵੇਰੇ ਚਾਹ ਨਹੀਂ ਕੀਤੀ, ਜਦੋਂ ਮੈਂ ਚਾਹ ਨਹੀਂ ਕੀਤੀ ਤੇ ਭੈਣ ਨੂੰ ਮੈਂ ਨਾ ਉੱਚਾ ਨੀਵਾਂ ਜਿਹਾ ਵੀ ਬੋਲੀ, ਤੇ ਮੇਰਾ ਤਾਂ ਨਾ ਉਹਦਾ ਕਿਤੇ ਜੀ ਜਾ ਨਹੀਂ ਲੱਗਦਾ, ਤੇ ਜਦੋਂ ਭੈਣ ਨੇ ਚਾਹ ਬਣਾਈ ਵਿਚਾਰੀ ਸਭ ਤੋਂ ਪਹਿਲਾਂ ਗਲਾਸ ਮੇਰੇ ਵਾਸਤੇ ਲੈ ਕੇ ਆਈ ਚਾਹ ਦਾ। ਉਹ ਲੈ, ਉਹੀ ਗੱਲ ਲੈ ਕੇ ਬਹਿ ਜਾਂਦੀ ਆ ਵਾਰੀ ਵਾਰੀ। ਓਏ ਉਹ ਤਾਂ ਤੈਨੂੰ ਚਾਹ ਫੜਾਉਣਗੇ, ਤੈਨੂੰ ਕਿੰਨਾ ਮੱਥਾ ਮਾਰਦਾ ਮੈਂ, ਤੇਰੇ ਫੇਰ ਨਹੀਂ ਖਾਨੇ 'ਚ ਵੜਦੀ। ਉਹਨਾਂ ਨੇ 2 ਕੁੜੀਆਂ ਵਿਆਹੁਣੀਆਂ ਨੇ, ਸਾਂਝੇ ਘਰ 'ਚੋਂ ਵਿਆਹੁਣ ਨੂੰ ਫਿਰਦੇ ਨੇ ਉਹ, ਆਪਣੀ ਤਨਖਾਹ ਲੱਗੀ ਜਾਂਦੀ ਹੈ। ਤੂੰ ਐਵੇਂ ਬਾਹਲਾ ਜਾ ਨਾ ਚਿੱਤ ਜਿਹਦੇ ਮਗਰ ਨਾ ਲੱਗ, ਜਿਹੜਾ ਕੁਛ ਮੈਂ ਤੈਨੂੰ ਕਹੀ ਜਾਂਦਾ ਤੂੰ ਉਹ ਕਰ, ਠੀਕ ਹੈ? ਐਂ ਨਹੀਂ ਫਰਕ ਪੈਂਦਾ ਜੇ ਤੂੰ ਹਾਂ ਹੀ ਕਰੀ ਜਾਵੇਂਗੀ। ਪਰ ਪਤਾ ਨਹੀਂ ਕਿਉਂ ਮੇਰਾ ਤਾਂ ਨਾ ਦਿਲ ਜਿਹਾ ਖੁਸੀ ਆਉਂਦਾ, ਜਦੋਂ ਭੈਣ ਚਾਹ ਫੜਾਉਣ ਆਈ ਨਾ ਉਦੋਂ ਵੀ ਮੈਂ ਵਿਚਾਰੀ ਨੂੰ ਤੋੜ ਕੇ ਜਵਾਬ ਜਿਹਾ ਦੇਤਾ। ਅਤੇ ਜੇ ਤੋੜ ਕੇ ਜਵਾਬ ਨਾ ਦੇਵਾਂਗੇ ਫਿਰ ਅੱਡ ਕਿਵੇਂ ਹੋਵਾਂਗੇ? ਆਪਦਾ ਆਪ ਲਟਾ ਹੋਈ ਜਾਓ, ਉਹਨਾਂ ਨਾਲ ਮਿੱਠੇ ਪਿਆਰੇ ਰਹੋ, ਫਿਰ ਐਂ ਕਰ ਲਾ। ਉਹ ਤਾਂ ਚਾਹੁੰਦੇ ਨੇ ਅਗਲੇ ਵੀ ਇਹ ਅੱਡ ਨਾ ਹੋਣ, ਇਹ ਆਪਾਂ ਨੂੰ ਪਹਿਲ ਕਰਨੀ ਪਊਗੀ, ਸਮਾਰ ਕੇ ਖਾਨੇ 'ਚ ਪਾ ਲਾ ਇਹਨੂੰ ਤੂੰ।
ਠੀਕ ਹੈ, ਆਪਾਂ ਵੱਡੀ ਗੱਡੀ ਲੈਣੀ ਹੈਗੀ, ਵੱਡਾ ਘਰ ਪਾਉਣਾ ਹੈਗਾ। ਚਲੋ ਠੀਕ ਆ, ਉਹੀ ਬੁੜੀਆਂ ਵਾਲੀਆਂ ਗੱਲਾਂ ਤੁਹਾਡੀਆਂ ਤਾਂ। ਮੈਂ ਤਾਂ ਤੁਹਾਡੀ ਗੱਲ 'ਤੇ ਅਸਰ ਕਰਕੇ ਭੈਣ ਨੂੰ ਦੋ ਵਾਰੀ ਐਂ ਜੇ ਬੋਲੀ, ਪਰ ਪਤਾ ਨਹੀਂ ਕਿਉਂ ਅੰਦਰਲਾ ਮਨ ਜਾ ਨਾ ਮੰਨਦਾ ਹੀ ਨਹੀਂ ਹੈਗਾ ਵੀ ਮੈਂ ਭੈਣ ਨਾਲ ਐਂ ਕਰਾਂ। ਜੱਸੀ ਦਿਲ ਦੇ ਮਗਰ ਨਹੀਂ ਲੱਗੀਦਾ ਹੁੰਦਾ, ਦਿਮਾਗ ਦੇ ਮਗਰ ਲੱਗ। ਠੀਕ ਹੈ, ਜੇ ਦਿਮਾਗ ਦੇ ਮਗਰ ਲੱਗੇਗੀ ਨਾ ਸਾਰੀ ਜ਼ਿੰਦਗੀ ਨਜ਼ਾਰੇ ਲਵਾਂਗੇ, ਅਤੇ ਜੇ ਦਿਲ ਦੇ ਮਗਰ ਹੀ ਲੱਗਣਾ ਫਿਰ ਹੋਈ ਜਾ ਮਿੱਟੀ ਨਾ ਮਿੱਟੀ। ਠੀਕ ਹੈ, ਫਿਰ ਪਾ ਲਿਆ ਕਰ ਮੱਝਾਂ ਨੂੰ ਨੀਰਾ ਉੱਥੇ। ਚਲ ਠੀਕ ਹੈ ਜੀ, ਜਿਵੇਂ ਤੁਸੀਂ ਕਹਿੰਦੇ। ਕੋਈ ਗੱਲ ਨਹੀਂ, ਤੂੰ ਕਰ ਲਾ ਕੰਮ ਮਾੜਾ ਮੋਟਾ ਜਿਹੜਾ ਹੁੰਦਾ। ਪਤਾ ਨਹੀਂ ਕਿੱਧਰ ਨਿਕਲ ਜਾਂਦਾ ਗਾ, ਐਂ ਨਹੀਂ ਵੀ ਚਮਚਾ ਦੇ ਦਾਂ, ਜੇ ਖਾਊਂਗੀ ਤਾਂ ਫੇਰ ਹੀ ਤੁਰੂੰਗੀ, ਫੇਰ ਹੀ ਕੰਮ ਕਰੂੰਗੀ। ਹੈਂ, ਨਾਲੇ ਦੋ ਰੋਟੀਆਂ ਲਾ ਲੈਂਦੇ, ਸੱਚ ਰੋਟੀਆਂ ਤੋਂ ਜ਼ਿਆਦਾ ਆ, ਆਟਾ ਤਾਂ ਹੈ ਨਹੀਂ। ਕਣਕ ਜੀ ਤਾਂ ਪਈ ਆ, ਡਿਪੂ ਵਾਲੇ ਮਿਲੀ ਸੀ, ਐਂ ਕਰਦੀਆਂ ਕਿਸੇ ਦੇ ਘਰੋਂ ਮੰਗ ਕੇ ਲਿਆਉਣੀ ਹੈਗੀ। ਜਦੋਂ ਮੰਗਿਆ ਸਰਜੂ ਫਿਰ ਪਿਹਾਉਣ ਦੀ ਕੀ ਲੋੜ ਆ, ਨਾਲੇ ਕਿਹੜਾ ਡੱਬੜਾ ਸਿਰ 'ਤੇ ਚੱਕਿਆ ਜਾਂਦਾ ਗਾ, ਨਾਲੇ ਕੀ ਪਤਾ ਪੱਕੀਆਂ ਪਕਾਈਆਂ ਮਿਲ ਜਾਣਾ ਉੱਥੇ, ਉਹਨਾਂ ਦੇ ਜਾਂਦੀ ਹਾਂ ਮੈਂ। ਉਹ ਚੰਗੀ ਆ ਵਿਚਾਰੀ, ਦੇ ਦਿੰਦੀ ਆ, ਲੈ ਦੇ ਮਨਾ ਤੁਰ ਹੌਲੀ ਹੌਲੀ। ਦੋ ਗੱਟੇ ਸਾਂਭ ਕੇ ਰੱਖੂੰਗੀ, ਜਾਂਦੀ ਹਾਂ। ਹੁਣ ਤਾਂ ਵੱਡਾ ਭਾਂਡਾ ਚੱਕ ਲੈਂਦੀ, ਜੇ ਵੱਡਾ ਭਾਂਡਾ ਚੱਕ ਲਿਆ ਫਿਰ ਕੱਲ੍ਹ ਆਏ ਨਾ ਕਹੇ ਵੀ ਐਡਾ ਵੱਡਾ ਚੱਕ ਕੇ ਆ ਗਈ, ਚੱਲ ਆਹੀ ਨੱਪ ਨੱਪ ਕੇ ਭਰ ਲੂੰ। ਨਾਲੇ ਇੱਕ ਘਰ ਦੇ ਜਾਊਂਗੀ, ਇਹ ਜਦੋਂ ਘਰੇ ਧਰ ਜੂੰਗੀ ਹੋਰ ਕਿਸੇ ਦੇ ਵਗ ਜੂੰਗੀ, ਓਨੇ ਹੀ ਬਰਾਬਰ ਹੋ ਜਾਊਗਾ। ਚੱਲ ਮਨਾ ਆਏਗਾ ਆਟਾ ਇਕੱਠਾ ਕਰ ਲੂੰ, ਹੁਣ ਸਾਡੇ ਹੈ ਹੀ ਨਹੀਂ, ਦੇ ਦੇ ਮੁੱਠੀ ਆਟੇ ਦੀ, ਨਾਲੇ ਅਗਲਾ ਹੱਸ ਕੇ ਦੇਊਗਾ। ਕਿੱਧਰੋਂ ਆਇਆ ਮੁੰਡਾ? ਤਾਈ ਖੇਤੋਂ ਆਇਆ ਮੈਂ ਤਾਂ। ਤੂੰ ਕਾਲਜ ਕਿੱਧਰੇ ਨਹੀਂ ਹੈ? ਤੂੰ ਮੇਰੇ ਕੋਲੇ ਤੋਂ ਟਿੰਡੀਆਂ ਲੈਣੀਆਂ ਨਾ ਗਈਆਂ, ਮੈਂ ਕਿਤੇ ਮਰਜ਼ੀ ਜਾਵਾਂ, ਤੂੰ ਮੈਨੂੰ ਐਂ ਦੱਸ ਵੀ ਕਰਮਾ ਕਿੱਥੇ ਗਿਆ? ਤਾਈ ਕਰਮ ਦਾ ਮਾਲ ਲੈਣ ਗਿਆ ਹੋਣਾ, ਦੋ ਦਿਨ ਹੋ ਗਏ ਪਿੰਡ ਨਹੀਂ ਵੜਿਆ, ਤੂੰ ਕਰਮ ਜੋ ਕੀ ਲੈਣਾ ਸੀ? ਬੇ ਗੱਲ ਸੁਣੋ, ਮੈਂ ਕੁਛ ਮਰਜ਼ੀ ਲੈਣਾ ਹੋਵੇ ਉਹ ਤੋਂ ਤੂੰ ਕੀ ਲੈਣਾ ਇਸ ਗੱਲ ਦਾ? ਸਾਡਾ 100 ਆਪਸ ਮੇ ਰਾਜ ਹੁੰਦਾ ਗਾ, 100 ਕੋਈ ਲੈਣਾ ਦੇਣਾ ਹੁੰਦਾ ਗਾ, ਹੈ ਤੂੰ ਕਦੇ ਬਾਤੇ ਪੁੱਛਦਾ? ਤਾਈ ਵੀ ਪੁੱਛ ਲਿਆ ਮੈਂ ਤਾਂ, ਤੂੰ ਮੇਰੇ ਜਮਾ ਗਾਲੀ ਪੈ ਗਈ। ਗੱਲ ਸੁਣ ਬੇ, ਜੇ ਮੈਂ ਤੇਰੇ ਗਲ ਪੈ ਜਾਂਦੀ ਨਾ ਆ ਮੂੰਹ ਨਹੀਂ ਸੀ ਰਹਿਣਾ, ਨਾਲੇ ਮੈਂ ਕਰਮੇ ਨੂੰ ਕਹਿ ਕੇ ਨਾ ਕੰਮ ਤੋਂ ਹਟਵਾਤਾ, ਬੈਠਾ ਰਹੀ ਵਿਹਲਾ, ਕੁਛ ਨੀ ਪੱਲੇ ਪੈਣ ਵਾਲਾ ਤੇਰੇ। ਕਰਮਾ ਮੇਰੇ ਆਖੇ ਚੱਲਦਾ, ਜਿਵੇਂ ਮੈਂ ਕਹਿੰਦੀ ਆ ਉਵੇਂ ਕਰਦਾ। ਆਇਆ ਵੱਡਾ ਸਿਆਣਾ, ਅੱਜ ਤਾਂ ਕਹਿਤਾ, ਇਦੋਂ ਬਾਅਦ ਕਹਿਤਾ ਮੈਥੋਂ ਬੁਰਾ ਨਹੀਂ। ਲੈ ਤੂੰ ਕੀ ਵਿਚਾਰਾ, ਮੈਥੋਂ ਸਾਰਾ ਪਿੰਡ ਚੱਲਦਾ ਗਾ, ਮੈਨੂੰ ਕੌਣ ਕੁਲਦੀਪ ਕੌਰ ਕਹੇ ਜੇ ਇੰਨੀ ਨਾ ਚੱਲਦੀ ਹੋਵੇ ਮੇਰੀ। ਬਣਿਆ ਫਿਰਦਾ ਵੱਡਾ ਹੁਸ਼ਿਆਰ। ਲੈ ਪਹਿਲਾਂ ਇਹਨਾਂ ਦੇ ਜਾਵਾਂ, ਉਹਨਾਂ ਦੇ ਤਾਂ ਮੈਂ ਬਾਅਦ 'ਚ ਵੀ ਵਗ ਜੂੰਗੀ ਨਾ। ਜੇ 10 ਦਿਨ ਮੈਂ ਕੌਲਾ ਭਰ ਕੇ ਆਟੇ ਦਾ ਲਿਆਉਂਦੀ ਰਹੀ, ਮੌਜ ਨਾਲ ਮਹੀਨਾ ਨਿਕਲ ਜੂਗਾ, ਪਹਿਲਾਂ ਮੈਂ ਇਹਨਾਂ ਦੇ ਜਾਵਾਂ ਫਿਰ ਜਾ। ਉਹਦਾ ਕੁੜੀਆਂ ਘਰ ਆਈਆਂ, ਉਹਦੇ ਘਰ ਆਈਆਂ ਉਹ ਪੁੱਤ, ਪਤਾ ਨਹੀਂ ਕਿੱਥੇ ਬੜੀਆਂ ਬੈਠੀਆਂ। ਲੈ ਲੈ ਅੱਜ ਫੇਰ ਆ ਗਈ, ਇਹਨਾਂ ਨੀ ਪੱਟਿਆ ਸਾਡਾ ਘਰ ਉਂਗਲਾਂ ਲਾ ਲਾ ਕੇ। ਹਾਂ ਹਾਂ ਆ ਜਾ ਤਾਈ, ਘਰੀ ਆ। ਕੀ ਗੱਲ ਪੁੱਤ, ਢਿੱਲੀ ਢੁੱਲੀ ਐ ਜੇ ਬੋਲਦੀ ਬੋਲੀ ਜੇ ਜਾਂਦੀ ਸੀ? ਨਿਕਾਹ ਨੂੰ ਤਾਈ ਉਹੀ ਨੀ ਚਿੱਤ ਠੀਕ ਹੈਗਾ, ਤੂੰ ਦੱਸ ਕਿਵੇਂ ਆਈ ਆ? ਪੁੱਤ ਆਟੇ ਦਾ ਕੌਲਾ ਦੇ ਮੈਨੂੰ, ਭਰ ਕੇ ਦੇ ਦੇ ਚੰਗੇ, ਜਿਹੜੇ 2 ਦਿਨ ਟੱਪ ਜਾਣ। ਆਟਾ ਤਾਂ ਤਾਈ ਹੈ ਹੀ ਨੀਗਾ,
ਪਹਿਹਾਉਣ ਵਾਲਾ ਪਿਆ, ਚੱਕੀ ਤੋਂ ਨਹੀਂ ਲਿਆਂਦਾ ਹਜੇ ਚੱਕ ਕੇ। ਹਾਏ ਮੈਂ ਮਰ ਜਾ ਕੁੜੇ, ਮੈਂ ਤਾਂ ਆਸ ਕਰਕੇ ਆਈ ਹੈਗੀ ਦੇ ਦਿੰਦੀ ਆਟਾ, ਜਿੰਨਾ ਕੁ ਹੈਗਾ ਤੂੰ ਉਨਾ ਕੀ ਪਾ ਦੇ। ਨਾ ਤਾਈ ਅੱਗੇ ਕਿਹੜਾ ਤੈਨੂੰ ਕਦੇ ਜਵਾਬ ਦਿੱਤਾ, ਤੈਨੂੰ ਮੈਂ ਹਰੇਕ ਚੀਜ਼ ਦੇ ਦਿੰਦੀ ਹਾਂ, ਅੱਜ ਆਟਾ ਸਾਡੇ ਹੈ ਹੀ ਨਹੀਂ ਗਾ, ਮੈਂ ਕੋਈ ਉਈ ਨਹੀਂ ਕਹਿੰਦੀ। ਜੇ ਇਹਨਾਂ ਦੇ ਆਟਾ ਨਹੀਂ ਹੈਗਾ ਫਿਰ ਆਟਾ ਕਿਹਦੇ ਹੋਊਗਾ, ਉਈ ਜਵਾਬ ਦਿੱਤਾ। ਮੈਨੂੰ ਤਾਂ ਪਹਿਲੇ ਹੀ ਪਤਾ ਸੀ ਵੀ ਮਾੜੀ ਨੀਤ ਵਾਲੀ ਆ ਇਹ, ਤੇਰੇ ਕੋਲ ਤਾਂ ਆਟਾ ਹੋਵੇ ਵੀ ਨਾ, ਮਾੜੀ ਨੀਤ ਵਾਲੀ ਕਹੇ ਜੀ ਆ। ਤਾਈ ਕਿਵੇਂ ਆਈ ਸੀ, ਚੱਲੀ ਵੀ ਆ? ਮੈਂ ਤਾਂ ਆਟਾ ਲੈਣ ਆਈ ਸੀ ਪੁੱਤ। ਲਿਆ ਫਿਰ ਦੇ ਦਿੰਦੀ ਆਟਾ। ਵੱਡੀ ਤਾਂ ਕਹਿੰਦੀ ਆਟਾ ਹੈ ਨਹੀਂ ਪੁੱਤ, ਤਾਂ ਕਰਕੇ ਮੁੜ ਚੱਲੀ। ਉਈ ਗੱਪ ਮਾਰਤਾ ਤਾਈ, ਆਟੇ ਦੀਆਂ ਤਾਂ ਸਾਡੇ ਸੁੱਖ ਨਾਲ ਦੋ ਢੋਲੀਆਂ ਭਰੀਆਂ ਪਈਆਂ, ਲਿਆ ਮੈਂ ਲਿਆ ਕੇ ਦੇਵਾਂ ਆਟਾ। ਤੇਰੇ ਪੁੱਤ ਨੂੰ ਜਵਾਬ ਕਾਹਤੋਂ ਦੇਤਾ ਉਹਨੇ? ਆਈ ਆ ਤਾਈ, ਅਸੀਂ ਤਾਂ ਆਪ ਬਸ ਕਾਂ ਵਿੱਚ ਹੁਣ ਕੱਟੀ ਜਾਂਦੇ ਹਾਂਗੇ। ਹਾਂ ਪੁੱਤ, ਬਾਹਲੀ ਮਾੜੀ ਨੀਤ ਆ ਇਹ ਤਾਂ। ਚੱਲ ਮੈਂ ਲਿਆ ਕੇ ਦਿੰਨੀ ਆਟਾ ਤੈਨੂੰ। ਚੱਲ ਮੈਂ ਤਾਈ ਕਹਿੰਦੀ ਸੀ ਕਾਹਨੂੰ ਪੁੱਤ ਕਲੇਸ਼ ਪਾਉਣਾ, ਮੈਨੂੰ ਖਾਲੀ ਦੇ ਦੇ। ਨਾ ਨਾ ਤਾਈ, ਐ ਖਾਲੀ ਕਿਵੇਂ ਤੈਨੂੰ ਮੋੜ ਦਾਂਗੇ, ਆਪ ਤੂੰ ਸਾਡਾ ਇੰਨਾ ਕਰਦੀ ਆ, ਲਿਆ ਕੇ ਦਿੰਨੀ ਆ ਮੈਂ ਆਟਾ ਤੈਨੂੰ। ਕੋਈ ਨਾ, ਆ ਕਲਦੀਪ ਕੁਰੇ ਹੁਣ ਪਾਉਂਗੀ ਪੜਾਕੇ। ਹੈਂ, ਐਡੀ ਮਾੜੀ ਨੀਤ ਦੀ ਆਟੇ ਦੇ ਹੁੰਦੇ ਮੁੱਕਰ ਗਈਆਂ ਤੂੰ ਮੈਨੂੰ? ਤੂੰ ਮੈਨੂੰ ਜਵਾਬ ਦਿੱਤਾ ਵੀ ਤੂੰ ਰੱਬ ਨੂੰ ਜਵਾਬ ਦਿੱਤਾ? ਜੇ ਮੈਨੂੰ ਜਵਾਬ ਦਿੱਤਾ, ਮੈਂ ਰੱਬ ਵਰਗੀ ਸੀਗੀ, ਤੇਰੇ ਕੋਲੇ ਆਸ ਕਰਕੇ ਆਈ ਸੀ ਹਨਾ ਵੀ ਚੱਲ ਕਿਲੋ ਆਟਾ ਦੇ ਦੂ, ਦੋ ਦਿਨ ਨਿਕਲ ਜਾਣਗੇ, ਕੋਈ ਗੱਲ ਨਹੀਂ, ਹੁਣ ਝੱਕਦੀਆਂ ਲਾਉਂਗੀ ਚਾਬੀ ਇਹਨਾਂ ਨੂੰ, ਫੇਰ ਦੇਖੀ ਤੇਰੇ ਨਾਲ ਕੀ ਬਣਦੀ ਆ। ਜੱਸੀ, ਹਾਂ ਭੈਣੇ, ਇਹ ਕੀ ਕਰਦੀ ਆ ਤੂੰ? ਮੈਂ ਤਾਂ ਤਾਈ ਨੂੰ ਆਟਾ ਦਿੰਨੀ ਆ। ਤਾਈ ਬਾਲੀ ਫਫੜ ਦੇ ਲੈ ਲੈਣਾ ਜੱਸੀ, ਤੂੰ ਨੀ ਇਹਨੂੰ ਸਮਝਦੀ, ਰਹਿਣ ਦੇ ਇਹਨੂੰ, ਨਾ ਦੇ ਆਟਾ। ਹਾਂ, ਇਹਨਾਂ ਇਹੋ ਜਿਹਾ ਨੂੰ ਸੁਭਾਅ ਪਾਇਆ ਮਾੜਾ ਗਾ। ਲੈ ਭੈਣੇ, ਇਹ ਕੀ ਗੱਲ ਹੋਈ, ਕਿਉਂ ਮੈਂ ਘਰ ਚੋਂ ਕੋਈ ਚੀਜ਼ ਦੇਣ ਦੀ ਵੀ ਹੱਕਦਾਰ ਨਹੀਂ ਹੈਗੀ? ਮੇਰੀ ਤਾਂ ਹੁਣ ਉਹਦੇ ਨਾਲ ਜਵਾਨ ਹੋ ਗਈ, ਮੈਂ ਤਾਂ ਆਟਾ ਦੇਊਂਗੀ। ਚੱਲ ਚੰਗਾ, ਨਾਲ ਕਿਸੇ ਨਾਲ ਤਾਂ ਵਰਤ ਵਰਤੇ ਰੱਖਣੀ ਆ, ਹੁਣ ਤੁਸੀਂ ਤਾਂ ਨਹੀਂ ਵਰਤਣਾ, ਅਸੀਂ ਤਾਂ ਰੱਖਣਾ ਹੈਗਾ। ਤੈਨੂੰ ਕੀ ਪਤਾ ਚੰਦਰੀਏ, ਸਾਰੇ ਕਾਸੇ ਦੀ ਤੂੰ ਹੀ ਹੱਕਦਾਰ ਹੈ, ਤੈਨੂੰ ਨਹੀਂ ਪਤਾ ਇਹਨਾਂ ਲੋਕਾਂ ਨੇ ਪਾੜਿਆ ਆਪਣਾ ਘਰ। ਆ ਲੈ ਤਾਈ ਆਟਾ। ਲੈ ਪੁੱਤ, ਲੈ ਦੇਖ ਲੈ ਹੁਣ ਕਿੱਥੋਂ ਆ ਗਿਆ, ਉਹਨੇ ਜਵਾਬ ਦਿੱਤਾ, ਦੇਖ ਲੈ ਕਿੱਡੀ ਮਾੜੀ ਨੀਤ ਦੀ ਆ ਤੇਰੀ ਭੈਣ ਹੈ ਤਾ। ਪਰ ਤੂੰ ਐਂ ਨਾ ਕਹੀ ਵੀ ਤਾਈ ਕੀ ਕਹਿੰਦੀ ਆ, ਪੁੱਤ ਹਜ਼ਾਰ ਕੰਮ ਆਈਆਂ ਉਹਦੇ, ਮੈਂ ਕਦੇ ਵੀ ਨਹੀਂ ਉਹਨੂੰ ਆਖਾ ਮੁੜਿਆ ਉਹਦਾ ਵੀ ਮੈਂ ਨਹੀਂ ਪੁੱਤ ਕਰਦੀ, ਤੇ ਮੈਨੂੰ ਪੜਕ ਦੇਣੇ ਜਵਾਬ ਦੇਤਾ। ਕੋਈ ਨਹੀਂ ਤਾਈ, ਮਾੜੀ ਗੱਲ ਆ ਉਹਦੀ, ਗੁਣ ਤਾਂ ਕਹਿੰਦੇ ਬੰਦੇ ਦਾ ਇੱਕ ਵਾਰੀ ਬਹੁਤ ਹੁੰਦਾ, ਬਾਕੀ ਤਾਈ ਕੋਈ ਨਹੀਂ, ਤੂੰ ਦਿਨਾ ਰਾਤ ਆ ਤੇਰਾ ਘਰ, ਤੈਨੂੰ ਕਿਸੇ ਚੀਜ਼ ਨੂੰ ਜਵਾਬ ਨਹੀਂ। ਨਾਲੇ ਪੁੱਤ ਕਿਲੋ ਆਟੇ ਦੀ ਕਿੱਡੀ ਕੁ ਗੱਲ ਸੀਗੀ ਹਨਾ ਦੇ ਦਿੰਦੀ, ਨਾਲੇ ਮੈਂ ਮੋੜ ਕੇ ਜਾਊਂਗੀ ਪੁੱਤ, ਮੈਂ ਕਿਹੜਾ ਰੱਖਣਾ ਗਾ। ਕੋਈ ਨਹੀਂ ਤਾਈ, ਮੋੜਨ ਮੋੜਨ ਵਾਲੀ ਨਾ ਤੂੰ ਫਿਕਰ ਕਰ, ਤੂੰ ਲੈ ਜਾ। ਜਿਉਂਦੀ ਰਹਿ ਪੁੱਤ, ਰੱਬ ਤੇਰੀ ਵੱਡੀ ਸਾਰੀ ਉਮਰ ਕਰੇ, ਰੱਬ ਤੇਰੀਆਂ ਜੜਾਂ ਹਰੀਆਂ ਰੱਖੇ, ਤੰਦਰੁਸਤੀ ਬਖਸੇ, ਰੱਬ ਤੈਨੂੰ ਜੋੜੇ ਜੋੜੇ ਬੱਚੇ ਦੇਵੇ, ਫਿਰ ਮੈਂ ਸੂਟ ਲਵਾਂ। ਚੱਲ ਕੋਈ ਨਹੀਂ ਤਾਈ। ਚੰਗਾ ਪੁੱਤ, ਆਉਂਦੀ ਕੰਮ ਹੋਇਆ ਤਾਂ ਮੈਨੂੰ ਦੱਸ ਦੀ। ਠੀਕ ਹੈ, ਕਦੇ ਮੇਰੇ ਘਰੇ ਵੀ ਗੇੜਾ ਮਾਰਿਆ ਆਇਓ। ਕੋਈ ਨਹੀਂ ਤਾਈ, ਆਉਂਗੀ ਜ਼ਰੂਰ। ਚੰਗਾ ਪੁੱਤ, ਚੰਗਾ ਚੰਗਾ, ਚੱਲਦੀਆਂ। ਤਾਈ ਇੰਨੀ ਚੰਗੀ ਹੈ ਵਿਚਾਰੀ, ਐਡਾ ਫਰਕ ਆ। ਤੈਨੂੰ ਦੁੱਧ ਫੜਾਵਾਂ, ਐਤਵਾਰ ਕਰਕੇ ਲੇਟ ਹੀ ਹੋ ਗਿਆ। ਲੈ ਦੇਖ ਲਾ, ਐਂ ਫਰਕ ਹੁੰਦਾ ਵੀ, ਕੁੜੀ ਤਾਂ ਪੜ੍ਹੀ ਜਾਂਦੀ ਆ, ਅੱਜ ਤਾਂ ਤੁਸੀਂ ਖੇਡਣਾ ਐਡੇ ਐਡੇ ਛਿੱਤਰਾਂ ਜਿਹੜੇ ਐਡੇ ਫੋਨ ਚੱਕ ਲਏ ਘਰੋਂ, ਹੈਂ ਆਹ ਤੁਹਾਡੀਆਂ ਮਾਵਾਂ ਨੇ ਤੁਹਾਨੂੰ ਫੋਨ ਫੜਾ ਰੱਖੇ ਨੇ, ਫਿਰ ਕਹਿੰਦੇ ਮੁੰਡੇ ਨਲਾਇਕ ਰਹਿ ਜਾਂਦੇ ਆ। ਬਈ ਜਿੱਤੇ ਆਹ ਲੈ ਫੜ ਦੁੱਧ ਪੀ ਲਓ ਭਾਈ। ਮੈਂ ਤਾਂ ਐਂ ਕਹਿੰਦੀ ਸੀ ਜੀ, ਅੱਜ ਐਤਵਾਰ ਆ, ਡੀਪੂ ਵਾਲੇ ਆਏ ਹੋਏ ਨੇ, ਮੈਨੂੰ ਸੂਟ ਦਵਾ ਲਿਆਉਂਦੇ। ਚੱਲ ਲੈ ਆਉਣੇ ਫਿਰ, ਵਿਹਲੀ ਹੈਗਾ।
ਚਲੋ ਆਪਾਂ ਐਂ ਕਰਦੇ ਜੇ ਅਸੀਂ ਕੰਮ ਨਿਬੇੜ ਲੈਂਦੇ ਹਾਂ ਫਟਾਫਟ, ਫਿਰ ਮੈਂ ਵੀ ਤੁਹਾਡੇ ਨਾਲ ਹੀ ਵਗ ਜੂੰਗੀ, ਇੱਕ ਸੂਟ ਮੈਂ ਵੀ ਲਿਆਉਂਗੀ। ਆ ਕੀ ਹੈ ਭਾਬੀ, ਫੜ ਆਪਦਾ ਦੁੱਧ, ਇਹ ਠੰਡਾ ਊਂ ਹੈਗਾ, ਇੰਨਾ ਮਿੱਠਾ ਪੈਪ ਇਹਦੇ ਵਿੱਚ। ਮੈਂ ਤਾਂ ਜਿੱਤੇ ਉਵੇਂ ਬਣਾਇਆ ਜਿਵੇਂ ਰੋਜ਼ ਬਣਾਉਂਦੀ ਹਾਂ ਦੁੱਧ, ਸਵਾਹ ਬਣਾਇਆ ਗਾ, ਠੰਡਾ ਹੋਇਆ ਪੈਗਾ ਇਹ, ਮੈਂ ਤਾਂ ਪੀਂਦਾ ਨੀਗਾ, ਬਸ ਲੈ ਜਾ। ਚੱਲ ਜੱਸੀ ਆ ਜਾ। ਚੱਲ ਭੈਣੇ, ਅਸੀਂ ਤੈਨੂੰ ਆਪੇ ਲਿਆ ਦਾਂਗੇ ਸੂਟ, ਲੈ ਦੇਖ ਲਾ। ਜੀਤਾ ਵੀ ਜਮਾਂ ਹੀ ਐਂ ਤੋੜ ਕੇ ਕਹਿ ਗਿਆ, ਹਿਸਾਬ ਨਾਲ ਵੀ ਕਹਿ ਸਕਦਾ ਸੀ। ਚੱਲ ਕੋਈ ਨਹੀਂ, ਬੈਂਕ 'ਚ ਕੰਮ ਧੰਦਾ ਬਾਹਲਾ ਗਾ, ਇਹ ਆਪ ਟੈਨਸ਼ਨ ਲੈਂਦਾ ਗਾ। ਤੈਨੂੰ ਬਾਪੂ ਨੂੰ ਚਾਹ ਫੜਾ ਦੇ। ਬਾਪੂ ਜੀ ਲੈ ਚਾਹ ਪੀ ਲਓ। ਲੈ ਭਾਈ। ਭਾਅ ਕੀ ਬੋਲੀ ਜਾਂਦੇ ਭਾਈ, ਕੀ ਹੋ ਗਿਆ? ਉਹ ਕੁਛ ਨਹੀਂ ਬਾਪੂ ਜੀ, ਉਹ ਪਿੰਡ 'ਚ ਨਾ ਡੀਪੂ ਵਾਲਾ ਆਇਆ ਗਾ, ਗੁਰਦੁਆਰੇ ਆਵਾਜ਼ ਦਿੱਤੀ ਸੀ ਬਾਬੇ ਨੇ। ਅੱਛਾ। ਉਹ ਡੀਪੂ 'ਚ ਕੱਪੜਾ ਲੈਣ ਜਾਂਦੇ ਆ, ਉਹ ਮੈਂ ਕਹਿੰਦਾ ਮੈਂ ਚੱਲ ਮੈਨੂੰ ਲੈ ਜਾਓ, ਤੇ ਉਹ ਫਿਰ ਘਰੇ ਕੰਮ ਸਾਰਾ ਪਿਆ ਸੀਗਾ। ਉਹ ਤੈਨੂੰ ਨਾਲ ਲੈ ਜਾਂਦੇ ਭਾਈ, ਫਿਰ ਕੀ ਫਰਕ ਪੈਂਦਾ ਸੀ ਆ, ਨਾਲੇ ਤੂੰ ਵੱਡੀ ਸੀ। ਚੱਲ ਕੋਈ ਨਹੀਂ ਬਾਪੂ, ਉਹ ਕਿਹੜਾ ਮਾੜਾ ਲਿਆ ਕੇ ਦੇਣਗੇ ਸੂਟ। ਤੂੰ ਬੋਲੀ ਜੇ ਕੋਈ ਜਾਂਦਾ ਸੀਗਾ ਜੀਤਾ? ਊਈ ਬਸ ਤੈਨੂੰ ਪਤਾ ਹੀ ਆ ਉਹਦਾ, ਅਸੀਂ ਅਰਖ ਜੇ ਜਾਂਦਾ ਗਾ, ਬੈਂਕ 'ਚ ਕੰਮ ਵਾਲਾ ਹੁੰਦਾ ਗਾ ਬਾਪੂ, ਤੈਨੂੰ ਪਤਾ ਗਾ ਦਿਮਾਗ ਲਾਉਣਾ ਪੈਂਦਾ ਸਾਰਾ ਦਿਨ, ਬੰਦੇ ਦਾ ਰਹਿੰਦਾ ਨੀ ਦਿਮਾਗ। ਡੀਪੂ ਨੂੰ ਸਾਰਾ ਦਿਨ ਹੀ ਰਹਿਣਾ ਸੀ, ਫਿਰ ਇਕੱਠੀਆਂ ਵਗ ਜਾਂਦੀਆਂ ਤੁਸੀਂ ਚੱਲ। ਚੱਲ ਕੋਈ ਨੀ ਬਾਪੂ। ਲੈ ਅੱਜ ਤਾਂ ਵਧੀਆ ਹੋ ਗਿਆ, ਨਾ ਤਾਂ ਗੇਟ ਨੂੰ ਕਰਾਇਆ ਸੀ ਰੰਗ, ਉਹਦੇ ਪੈਸੇ ਦੇ ਆਇਆ ਮਿਸਤਰੀ ਦੇ, ਨਿਬੜ ਗਿਆ ਕੰਮ, ਨਾ ਆਉਂਦੇ ਹੋਏ ਕੱਖ ਵੱਢ ਲਿਆ ਹੈ, ਆ ਰੇੜੀ ਜੀ ਵੀ ਨਜ਼ਾਰਾ ਦੇ ਦਿੰਦੀ ਆ। ਚੱਲ ਉੱਤੋਂ ਬੱਦਲ ਬਾਈ ਹੋ ਰਹੀ ਆ, ਐਂ ਨੀ ਪਤਾ ਮੀਂਹ ਆ ਜੇ, ਮੁੜ ਕੇ ਔਖਾ ਹੋ ਜੇ। ਗੇਟ ਵਾਲੇ ਦੀ ਕੈਦ ਨਾ ਦੇ ਪੈਸੇ ਸੀ ਪੈਸੇ ਦੇਣ ਵਾਲੇ। ਪਤਾ ਨੀ ਕਿਉਂ ਅੱਜ ਜੀਤੇ ਦੀ ਗੱਲ ਨੇ ਤਾਂ ਨਾ ਮੈਨੂੰ ਜਮੀ ਹਲੂਣ ਕੇ ਰੱਖਤਾ। ਮੈਨੂੰ ਤਾਂ ਐਂ ਲੱਗੀ ਜਾਂਦਾ ਵੀ ਜਿਹੜਾ ਕੁਛ ਮੈਂ ਸੋਚੀ ਜਾਂਦੀ ਹਾਂ ਉਹੀ ਉਹੀ ਕੁਛ ਹੋ ਹੀ ਜਾਂਦਾ ਘਰ 'ਚ ਮੇਰੇ ਨਾਲ। ਪਤਾ ਨੀ ਉਹ ਕੀ ਸੋਚੀ ਜਾਂਦੀ ਆ, ਅੱਜ ਫਿਰ ਮੂੰਹ ਜਿਹਾ ਲਮਕਾਈ ਬੈਠੀ ਆ। ਕੁਛ ਨੀ ਸੋਚੀ ਜਾਂਦੀ ਜੀ, ਮੈਂ ਤਾਂ ਬਸ ਨਹੀਂ ਸਾਗ ਹੁਣੀ ਧਰ ਲਿਆ, ਹੁਣ ਕੰਮ ਧੰਦਾ ਸਾਰਾ ਨਿਬੇੜ ਲਿਆ ਸੀ ਮੈਂ, ਅੱਧਾ ਤਾਂ ਦਿਨ ਲੰਘ ਗਿਆ, ਮੈਂ ਕਿਹਾ ਹੁਣ ਧਰ ਦਿਆਂ, ਆਥਣ ਤੱਕ ਫਿਰ ਰਿੱਝਦਾ ਗਾ ਸਾਗ। ਚੱਲ ਪਹਿਲਾਂ ਮੈਨੂੰ ਦੱਸ, ਜਿਹੜਾ ਮੂੰਹ ਜਿਹਾ ਲਮਕਾਇਆ ਇਹ ਕਾਹਦੇ ਕਰਕੇ ਲਮਕਾਇਆ? ਫਿਰ ਤੁਸੀਂ ਕਿਹੜਾ ਮੇਰੀ ਗੱਲ 'ਤੇ ਗੌਰ ਕਰਨੀ ਆ, ਦੱਸੇਗੀ ਫੇਰ ਹੀ ਗੌਰ ਕਰੂੰ। ਮੈਂ ਤਾਂ ਕਿਹਾ ਸੀ ਨਾ ਤੁਹਾਨੂੰ ਵੀ ਮੇਰਾ ਤਾਂ ਦਿਲ ਡਰੀ ਜਾਂਦਾ, ਜਿਹੜਾ ਕੁਛ ਮੈਂ ਸੋਚੀ ਜਾਂਦੀ ਹਾਂ ਉਹੀ ਕੁਛ ਹੋ ਹੀ ਜਾਂਦਾ ਘਰ 'ਚ। ਕੀ ਹੋਈ ਜਾਂਦਾ? ਅੱਜ ਤਾਂ ਜਮੀ ਕਮਾਲ ਹੋ ਗਈ, ਜਮੀ ਹੱਦ ਕਰ ਗਿਆ ਦਿੱਤਾ। ਕੀ ਕਰ ਗਿਆ? ਮੈਂ ਤਾਂ ਉਵੇਂ ਦੁੱਧ ਬਣਾਇਆ ਸੀ ਜਿਵੇਂ ਰੋਜ਼ ਬਣਾਉਂਦੀ ਹਾਂ, ਓਨਾ ਹੀ ਮਿੱਠਾ ਓਨਾ ਹੀ ਦੁੱਧ, ਸਾਰਿਆਂ ਦੇ ਸਾਹਮਣੇ ਇੰਨਾ ਜ਼ੋਰ ਜ਼ੋਰ ਦੀ ਬੋਲ ਕੇ ਲੈ ਭਾਬੀ ਇਹ ਕੋਈ ਦੁੱਧ ਬਣਾਇਆ, ਲੈ ਮਿੱਠਾ ਵੱਧ ਹੈ, ਇਹ ਠੰਡਾ ਗਾ, ਇਹ ਫਲਾਣਾ ਗਾ, ਦੁੱਧ ਦੀ ਘੁੱਟੀ ਨਹੀਂ ਭਰੀ। ਫਿਰ ਤਾਂ ਤੇਰੀ ਗੱਲ 'ਤੇ ਵੀ ਸੋਚਣਾ ਪਊਗਾ, ਐਂ ਤਾਂ ਨਹੀਂ ਹੁੰਦਾ। ਚੱਲ ਕਿੱਧਰ ਗਿਆ ਹੁਣ? ਪਿੰਡ 'ਚ ਡੀਪੂ ਦੀ ਦੁਕਾਨ ਆਈ ਆ, ਹੁਣ ਉਹ ਸੂਟ ਲੈਣ ਗਏ ਨੇ, ਮੈਂ ਆਖਿਆ ਸੀਗਾ ਮੈਨੂੰ ਵੀ ਲੈ ਚੱਲੋ। ਫਿਰ ਤੈਨੂੰ ਲੈ ਕੇ ਨਹੀਂ ਗਏ? ਉਹੀ ਤਾਂ ਕਹੀ ਜਾਂਦੀ ਹਾਂ ਵੀ ਸਾਰਾ ਕੁਛ ਉਹੀ ਹੋਈ ਜਾਂਦਾ ਜਿਹਦਾ ਮੈਨੂੰ ਡਰ ਸੀ। ਮੈਨੂੰ ਕਹਿੰਦੇ ਕੋਈ ਨਹੀਂ ਜਿਹੋ ਜਿਹਾ ਤੂੰ ਪਾਉਣਾ ਤੈਨੂੰ ਘਰ ਹੀ ਲਿਆ ਦਾਂਗੇ, ਵੀ ਪਿੰਡ 'ਚੋਂ ਨਵੀਂ ਨਵੇਲੀ ਇਕੱਲੀ ਜਾਂਦੀ ਸੋਹਣੀ ਲੱਗਦੀ ਆ ਦੱਸ, ਹੈਂ।
ਚੱਲ ਕੋਈ ਨਾ, ਮੈਂ ਕਰੂੰਗਾ ਜੀਤੇ ਨਾਲ ਗੱਲ, ਪੁੱਛੂੰਗਾ ਵੀ ਭਾਈ ਕੀ ਗੱਲਬਾਤ ਆ। ਚੱਲ ਤੂੰ ਨਾ ਐਵੇਂ ਹਰੇਕ ਗੱਲ ਦਿਲ 'ਤੇ ਲਾਇਆ ਕਰ। ਚੱਲ ਜੀਤਾ ਤਾਂ ਨਿਆਣਾ ਗਾ, ਤੁਸੀਂ ਹਿਸਾਬ ਨਾਲ ਗੱਲ ਕਰਿਓ, ਹੈ ਨਵਾਂ ਖੂਨ ਹੈ, ਕਈ ਵਾਰੀ ਤੁਹਾਡੀ ਗੱਲ ਦਾ ਗੁੱਸਾ ਨਾ ਕਰ ਜੇ ਉਹ। ਨਹੀਂ ਨਹੀਂ ਮੈਂ ਹਿਸਾਬ ਨਾਲ ਹੀ ਗੱਲ ਕਰੂੰਗਾ, ਤੂੰ ਕੋਈ ਗੱਲ ਨਾ ਘਬਰਾਹਟ ਨਾ ਕਰ। ਚੱਲ ਮੈਂ ਦੇਖਦਾ ਪਸ਼ੂ ਢਾਂਡਾ। ਮੈਨੂੰ ਤਾਂ ਡਰ ਲੱਗਦਾ ਕਿਤੇ ਜੀਤੇ ਦਾ ਬਾਈ ਜੀਤੇ ਨੂੰ ਵੱਧ ਨਾ ਝਿੜਕ ਦੇ, ਕੁਛ ਕਹਿ ਨਾ ਦੇਵੇ, ਕਿਤੇ ਜੀਤੇ ਨੂੰ ਗੁੱਸਾ ਆ ਜੇ, ਕਿਤੇ ਮੇਰੇ ਤੋਂ ਦੂਰ ਹੀ ਨਾ ਹੋ ਜਾਣ। ਮੈਨੂੰ ਤਾਂ ਨਾ ਜੀ ਐਂ ਜੇ ਲੱਗੀ ਜਾਂਦਾ ਵੀ ਆਪਾਂ ਮੇਰੇ ਵਾਸਤੇ ਤਾਂ ਬਥੇਰਾ ਸੋਹਣਾ ਚੱਲ ਸੂਟ ਲੈ ਲਿਆ, ਭੈਣ ਦਾ ਸੂਟ ਨਾ ਬਾਹਲਾ ਹੋਰੂੰ ਜੀ ਨਹੀਂ ਲੈ ਲਿਆ। ਓਏ ਹੁਣ ਜਿਹੇ ਜੀ ਉਹਦੀ ਉਮਰ ਹੈ ਉਹੋ ਜਿਹਾ ਉਹਨੂੰ ਸੂਟ ਲੈ ਤਾ, ਹੁਣ ਲਾਲ ਗਲਾਲ ਉਹ ਪਾਉਂਦੀ ਸੋਹਣੀ ਲੱਗੂਗੀ, ਉਹ ਗੱਲ ਲੋਕ ਕੀ ਕਹਿਣਗੇ ਕਿ ਬੁੱਢੀ ਘੋੜੀ ਲਾਲ ਲਗਾਮ। ਪਤਾ ਨਹੀਂ ਕੀ ਗੱਲ ਆ, ਮੇਰਾ ਤਾਂ ਨਾ ਭੈਣ ਨਾਲ ਫਰਕ ਜਿਹਾ ਰੱਖਣ ਨੂੰ ਜਮੀ ਨਹੀਂ ਸੱਚੀ ਜੀ ਜਾ ਕਰਦਾ। ਜੱਸੀ ਮੇਰੀ ਗੱਲ ਸੁਣ, ਉਹਨੇ ਸਾਰੀ ਉਮਰ ਟਪਾ ਤੀ ਸੂਟ ਪਾਉਂਦੀ ਨੇ, ਤੈਨੂੰ ਕੀ ਪਤਾ ਤੇਰੇ ਤੋਂ ਪਹਿਲਾਂ ਉਹਨੇ ਕਿੰਨੇ ਸੂਟ ਹੰਢਾ ਲਏ, ਨਾਲੇ ਤੈਨੂੰ ਨਹੀਂ ਪਤਾ ਹੈਗਾ ਇਹ ਸੂਟ ਨਾ ਮੈਂ ਜਾਣ ਕੇ ਇਹੋ ਜਿਹਾ ਲੈ ਕੇ ਆਇਆਂਗਾ। ਜੇ ਉਹਨੂੰ ਇਹ ਫਰਕ ਮਹਿਸੂਸ ਹੋਊਗਾ ਨਾ ਫੇਰ ਹੀ ਤਾਂ ਉਹ ਆਪਣੇ ਤੋਂ ਪਾਸੇ ਹੋਣਗੇ। ਤੂੰ ਤਾਂ 24 ਘੰਟੇ ਉਹੀ ਗੱਲ ਸੋਚੀ ਜਾਂਦੀ ਹੈਗੀ, ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਾ ਵੀ ਆਪਾਂ ਅੱਡ ਹੋਣਾ ਹੈਗਾ, ਸਮਝ ਗਈ ਨਾ। ਆ ਜਾ ਨਾਲੇ ਮੈਥੋਂ ਨਹੀਂ ਐਂ ਪੈਸੇ ਖਰਾਬ ਹੁੰਦੇ, 250 ਵਾਲਾ ਲੈ ਤਾ ਉਹਨੂੰ, ਹੁਣ ਹੋਰ ਕਿੰਨਾ ਕੁ ਵਧੀਆ ਲੈ ਦਈਏ। ਨਾਲੇ ਘਰ ਖਰਾਬ ਤਾਂ ਜਦੋਂ ਮਰਜ਼ੀ ਕਰ ਲਾ, ਗੱਲ ਤਾਂ ਬੰਨਣ ਦੀ ਹੁੰਦੀ ਹੈ। ਵਾਹ ਕਿੱਧਰੋਂ ਆਉਂਦੀ ਆ ਜੋੜੀ, ਮੱਥਾ ਟੇਕਦੇ ਆ। ਜਿਉਂਦੀ ਰਹਿ ਪੁੱਤ, ਰੱਬ ਵੱਡੀ ਸਾਰੀ ਉਮਰ ਕਰੇ। ਉਹ ਪੁੱਤ ਕਦੇ ਦੇਖਿਆ ਨਹੀਂ, ਅੱਜ ਹੀ ਦੇਖਿਆ। ਉਹ ਬੇਬੇ ਫਿਰ ਅੱਜ ਐਤਵਾਰ ਸੀਗਾ, ਛੁੱਟੀ ਸੀ, ਨਹੀਂ ਤਾਂ ਫਿਰ ਮੈਂ ਜਾਣਾ ਹੁਣ ਡਿਊਟੀ ਤੇ। ਹਾਂ ਹਾਂ ਮੈਂ ਵੀ ਇਹ ਕਿਹਾ, ਕਦੇ ਮਿਲਿਆ ਹੀ ਨਹੀਂ ਪੁੱਤ। ਹਾਂ ਮੇਰੀ ਗੱਲ ਸੁਣ, ਕਿੱਧਰੋਂ ਆਏ ਤੁਸੀਂ? ਉਹ ਤਾਂ ਡਿਪੂ ਸੀਗਾ ਆਇਆ ਪਿੰਡ 'ਚ ਤੇ ਸੂਟ ਜੇ ਲੈ ਕੇ ਆਏ। ਲੈ ਕੇ ਆਏ ਆ ਬੇਬੇ? ਅੱਛਾ ਅੱਛਾ, ਚੱਲ ਵਧੀਆ ਕੀਤਾ। ਚਲੋ ਪੁੱਤ ਮੇਰੇ ਨਾਲ ਘਰੇ ਚਾਹ ਬਣਾ ਕੇ ਪਿਆਵਾਂ। ਉਹ ਕੋਈ ਗੱਲ ਨਹੀਂ ਬੇਬੇ, ਆਹ ਤਾਂ ਘਰ ਰਹਿ ਗਿਆ ਹੁਣ, ਤੇਰੇ ਘਰ 'ਚ ਸਾਡੇ 'ਚ ਕੀ ਫਰਕ ਹੈ? ਓਹੋ ਪੁੱਤ ਮੈਂ ਤੁਹਾਡੇ ਘਰਾਂ 'ਚ ਰੋਜ਼ ਜਾਂਦੀ ਹਾਂ, ਜੇ ਅੱਜ ਮੈਂ ਪਿਆ ਦੂੰ ਕਿੱਡੀ ਕੁ ਗੱਲ ਹੈਗੀ, ਅੱਜ ਮੇਰੀ ਵੀ ਚਾਹ ਪੀ ਕੇ ਦੇਖੋ ਤੁਸੀਂ। ਲੈ ਕੋਈ ਬੀੜੀ ਥੋੜੀ ਹੈ ਬੇਬੇ ਜੀ, ਫਿਰ ਕੀ ਹੋ ਗਈ ਤੁਸੀਂ ਸਾਡੇ ਚਾਹ ਪੀ ਆਉਂਦੇ ਹੋ? ਬੀੜੀ ਨਹੀਂ ਪੁੱਤ, ਮੇਰਾ ਵੀ ਜੀ ਕਰਦਾ ਮੈਂ ਮੇਰੇ ਪੁੱਤਾਂ ਨੂੰ ਧੀ ਨੂੰ ਚਾਹ ਬਣਾ ਕੇ ਪਿਆਵਾਂ ਵਧੀਆ ਜੀ। ਕਿਵੇਂ ਕਰੀਏ ਅਸੀਂ? ਆਜੋ ਆਜੋ, ਕਰਨਾ ਕਿਵੇਂ? ਚੱਲ ਚੱਲ ਚੱਲ, ਆਜੋ 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 ਪੁੱਤ, ਆਜੋ ਲੰਘਿਓ, ਲੋ ਮੰਜਾ ਡਾਉਣੀ ਆ, ਇਹ ਲਓ ਪੁੱਤ ਬਹਿ ਜਾਓ। ਆ ਮੇਰੀ ਤਾਂ ਗਰੀਬਣੀ ਦੀ ਕੁੱਟੀ ਆ, ਦੇਖ ਲਓ। ਲੈ ਬੇਬੇ ਕਿਹੋ ਜਿਹੀਆਂ ਗੱਲਾਂ ਕਰਦੀਆਂ? ਜੱਸੀ ਪੁੱਤ, ਘਰ ਤਾਂ ਜ਼ਰੂਰ ਮੇਰਾ ਗਰੀਬ ਹੈ ਪਰ ਮੇਰਾ ਦਿਲ ਨਹੀਂ ਗਰੀਬ ਹੈਗਾ। ਉਹ ਤਾਂ ਪਤਾ ਹੀ ਹੈ, ਮੈਂ ਤਾਂ ਤੁਹਾਨੂੰ ਦੇਖ ਦੇਖ ਜਾਉਂਦੀ ਹੈਗੀ। ਤੇ ਚੰਗਾ ਪੁੱਤ, ਹੁਣ ਮੈਂ ਚਾਹ ਬਣਾਉਂਦੀ ਹਾਂ ਘੱਟ ਘੱਟ, ਵਧੀਆ ਜੀ। ਕਿੰਨਾ ਕਰਦੀ ਹੈ ਵਿਚਾਰੀ, ਹੈ ਨਾ? ਲੈ ਦੇਖ ਲੈ ਜੱਸੀ, ਹੈ ਨਾ, ਨਿੱਕਾ ਜਿਹਾ ਘਰ ਹੈ ਵਿਚਾਰੀ ਬੇਬੇ ਦਾ, ਫਿਰ ਵੀ ਦਿਲ ਕਿੱਡਾ ਅਮੀਰ ਹੈਗਾ। ਦਿਲ ਦੀ ਬਹੁਤ ਚੰਗੀ ਹਾਲੇ, ਆਪਾਂ ਤਾਂ ਨਾ ਕਰਤੀ ਸੀ, ਵਿਚਾਰੀ ਕਿੰਨੇ ਜ਼ੋਰ ਨਾਲ ਆਪਾਂ ਨੂੰ ਲੈ ਕੇ ਆਈ ਆ। ਹੋਰ ਚੱਲ ਹੁਣ ਤਾਂ ਐਂ ਆ, 10 ਮਿੰਟ ਇਹਦਾ ਵੀ ਟਾਈਮ ਪਾਸ ਹੋ ਜੂਗਾ। ਚੱਲ ਆਪਣਾ ਵੀ ਪਿੰਡ 'ਚ ਮੋਹ ਮੁਹੱਬਤ ਬਣੀ ਹੈਗੀ, ਹੈ ਨਾ, ਜੇ ਬੰਦਾ ਆਉਂਦਾ ਜਾਂਦਾ ਰਹੇ ਤਾਂ ਦੁੱਖ ਸੁੱਖ 'ਚ ਫਿਰ ਉਸ ਤਰ੍ਹਾਂ ਲੋਕ ਵੀ ਆ ਜਾਂਦੇ ਨੇ, ਹੈ ਨਾ। ਹਾਂ ਇਹ ਤਾਂ ਹੈ ਜੀ। ਚਾਹ ਪਿਆ ਕੇ ਇਹੋ ਜਿਹੀ ਚਾਬੀ ਭਰੂ ਜਿਹੜੇ ਜਾਣ ਸਾਰ ਖਿਲਾਰੇ ਪੈ ਜਾਣ। ਕਰਮੇ ਤੋਂ ਤਾਂ ਨਹੀਂ ਹੋਇਆ ਇਹ ਕੰਮ, ਕੁਲਦੀਪ ਕੌਰ ਕਰੂਗੀ, ਕੁਲਦੀਪ ਕੌਰ।
ਮੈਨੂੰ ਤਾਂ ਨਾ ਜੇ ਵਿਚਾਰੀ ਬੇਬੇ ਤੇ ਤਰਸ ਜਾ ਹੀ ਆਂਦਾ। ਇਕੱਲੇ ਬੰਦੇ ਨੂੰ ਐਂ ਘਰ 'ਚ ਰਹਿਣਾ ਔਖਾ ਹੀ ਹੈ। ਹੈ ਤਾਂ ਔਖਾ ਜੋ ਸੀ, ਪਰ ਬੇਬੇ ਦੇ ਨਾ ਘਰ ਵਾਲੇ ਹੈਗੇ ਨੇਗੇ, ਉਹ ਕੰਮ ਧੰਦੇ ਗਏ ਹੋਣਗੇ। ਪਰ ਜਿਹੜੀ ਦੁੱਖ ਵਾਲੀ ਗੱਲ ਹੈਗੀ ਵੀ ਮੁੰਡਾ ਸੀਗਾ ਵਿਚਾਰਿਆਂ ਦੇ, ਅਤੇ ਉਹਦੀ ਨਾ ਮੌਤ ਹੋ ਗਈ ਸੀਗੀ। ਹਾਏ ਹਾਏ, ਬਹੁਤ ਮਾੜਾ ਹੋਇਆ ਫਿਰ ਤਾਂ। ਐਡੇ ਐਡੇ ਦੁੱਖ ਤਾਂ ਝੱਲਣੇ ਬਹੁਤ ਔਖੇ ਨੇ, ਫਿਰ ਵੀ ਵਿਚਾਰੀ ਹੱਸਦੀ ਦੇ ਹੱਸਦੀ ਨਾਲੇ ਹੌਂਸਲਾ ਕਿੰਨਾ। ਹਾਂ ਵੀ ਬਸ ਬੰਦੇ ਦਾ ਜਿਵੇਂ ਕਹਿੰਦੇ ਵੀ ਦਿਲ ਹੀ ਹੁੰਦਾ ਹੈਗਾ, ਅਤੇ ਹੈ ਹੌਂਸਲੇ ਵਾਲੀ ਹੈ ਵਧੀਆ। ਚੱਲ ਵਿਚਾਰੀ ਲਓ ਪੁੱਤ ਚਾਹ ਪੀ ਲਓ। ਬੇਬੇ ਉਹਦਾ ਖੇਚਲ ਹੀ ਕਰੀ, ਹਾਏ ਤਾਂ ਵੱਡੇ ਛੋਟੇ ਜੇ ਗਲਾਸ। ਉਹ ਕੋਈ ਨਹੀਂ, ਪਤਾ ਕੀ ਆ ਪੁੱਤ, ਮੈਂ ਤੈਨੂੰ ਦੱਸਦੀ ਹੈਗੀ, ਮੈਂ ਤਾਂ ਜਿਵੇਂ ਜੇ ਉੜੀ ਮੈਂ ਤਾਂ ਉਵੇਂ ਜੇ ਲੈ ਆਈ ਚੱਕ ਕੇ ਗਲਾਸ। ਕੋਈ ਨਹੀਂ ਬੇਬੇ, ਪਿਆਰ ਨਾਲ ਬੰਦਾ ਚੀਜ਼ ਫੜਾ ਦੇ ਨਾ, ਜਿਵੇਂ ਮਰਜ਼ੀ ਫੜਾ ਦੇ। ਹਾਂ ਉਹ ਗੱਲ ਹੈਗੀ ਕਿ ਪਿਆਰ ਨਾਲ ਤਾਂ ਭਾਵੇਂ ਕੋਈ ਜ਼ਹਿਰ ਵੀ ਦੇ ਦੇ। ਹਾਂ ਇਹ ਤਾਂ ਹੈ ਗੱਲ, ਪਰ ਕੀ ਕਰੀਏ, ਰੱਬ ਨੇ ਗਰੀਬੀ ਦੇਤੀ ਹੈ, ਨਹੀਂ ਚੱਲਣੀ ਤਾਂ ਪੈਂਦੀ ਆ ਪੁੱਤ। ਉਹੀ ਗੱਲਾਂ ਕਰੀ ਜਾਂਦੇ ਸੀ ਮੈਂ ਤੇ ਜੱਸੀ, ਇੱਕੋ ਮੁੰਡੇ ਵਾਲਾ ਬੜਾ ਔਖਾ ਮਾੜਾ ਹੋਇਆ ਜੀ। ਬਸ ਕੀ ਕਰੀਏ ਪੁੱਤ, ਜਿਵੇਂ ਰੱਬ ਨੂੰ ਚੰਗਾ ਲੱਗਦਾ ਗੱਲ ਤਾਂ ਹੀ ਉਵੇਂ ਹੁੰਦਾ ਹੈਗਾ। ਮੈਂ ਤਾਂ ਹੀ ਕਹਿੰਦੀ ਸੀ ਪੁੱਤ ਵੀ ਚੰਗੀ ਤੇਰੀ ਤਨਖਾਹ ਆਉਂਦੀ ਆ, ਚੰਗੀ ਆ, ਪੜ੍ਹੀ ਲਿਖੀ ਲੱਗਦੀ ਆ ਕੁੜੀ, ਤੁਸੀਂ ਕਿਸੇ ਸ਼ਹਿਰ 'ਚ ਜਾ ਕੇ ਰਹਿਣ ਲੱਗ ਜਾਓਗਾ। ਉਹ ਸ਼ਹਿਰ ਵਾਲੀ ਗੱਲ ਤਾਂ ਬੇਬੇ ਠੀਕ ਹੈ ਤੁਹਾਡੀ, ਬਸ ਉਹ ਐਂ ਵੀ ਘਰੇ ਚੱਲ ਵੀ ਉਹ ਖੇਤੀਬਾੜੀ ਵਾਲਾ ਵੀ ਚੱਲੀ ਜਾਂਦਾ ਹੈਗਾ, ਜ਼ਮੀਨ ਜਾਇਦਾਦ ਵਾਲਾ, ਹੈ ਨਾ, ਫਿਰ ਥੋੜ੍ਹਾ ਜਿਹਾ ਜੇ ਪਾਸੇ ਹੋ ਜਾਵਾਂਗੇ ਕੰਮ ਕਰ ਦਾ ਔਖਾ ਹੋ ਜਾਊਗਾ। ਊਂ ਥੋੜ੍ਹਾ ਜਿਹਾ ਖਰ ਸੋਚ ਜੇ ਤਾਂ ਰੱਖਿਆ, ਫਿਰ ਚਲੋ ਜਿੰਨਾ ਚਿਰ ਚੱਲੀ ਜਾਂਦਾ ਕੇਰਾਂ ਫਿਰ ਦੇਖਦੇ ਹਾਂ। ਮੂਰਖ ਹੈ ਪੁੱਤ ਤੂੰ ਤਾਂ, ਦੇਖ ਜੱਸੇ ਦੇ ਤਾਂ ਦੋ ਕੁੜੀਆਂ ਨੇ, ਤੁਹਾਡੇ ਹਜੇ ਕੋਈ ਜਵਾਕ ਨਹੀਂ। ਪੁੱਤ ਤੇਰੀ ਤਨਖਾਹ ਤੋਂ ਹੀ ਵਿਆਹ ਦੇਣਗੇ ਕੁੜੀਆਂ ਨੂੰ, ਚਾਰ ਪੈਸੇ ਜੋੜੋ, ਸ਼ਹਿਰ 'ਚ ਰਹਿਣ ਲੱਗੋ। ਕਿਉਂ, ਸਹੀ ਹੈ ਨਾ ਗੱਲ ਬੇਬੇ ਦੀ, ਆਪਾਂ ਨੂੰ ਹਰੇਕ ਬੰਦਾ ਇਹੀ ਰਹਿ ਦਿੰਦਾ ਹੈਗਾ। ਹਾਂ ਪੁੱਤ ਮੇਰੀ ਗੱਲ ਸੁਣ, ਮੇਰਾ ਤਾਂ ਢਿੱਡ ਜੰਮਚਿਆ ਤਾਂ ਕਹਿੰਦੀ ਹੈਗੀ ਨਾ, ਇਹ ਤਾਂ ਚੰਗੀ ਤੁਹਾਡੇ ਕੋਲ ਜ਼ਮੀਨ ਹੈ, ਦੇਖੋ ਜ਼ਮੀਨ ਦਾ ਹਿੱਸਾ ਠੇਕਾ ਤੁਹਾਡੇ ਪੱਲੇ ਰਹੂਗਾ, ਤਨਖਾਹ ਵੀ ਤੁਹਾਡੇ ਪੱਲੇ ਰਹੂਗੀ, ਬਾਕੀ ਇਹ ਕੁੜੀ ਨੂੰ ਵੀ ਮਿਲ ਸਕਦਾ ਕੋਈ ਕੰਮ, ਕੋਈ ਸਰਕਾਰੀ ਮਿਲ ਸਕਦੀ ਹੈ, ਕੋਈ ਪ੍ਰਾਈਵੇਟ ਮਿਲ ਸਕਦੀ ਆ। ਤੁਹਾਨੂੰ ਤਾਂ ਪੈਸੇ 'ਚ ਹੀ ਹੋ ਤੁਸੀਂ, ਤਾਂ ਹੋਰ ਤੁਸੀਂ ਕੀ ਭਾਲਦੇ ਹੋ, ਕਿਉਂ ਇਹਨਾਂ ਨੂੰ ਕਮਾਈ ਜਾਂਦੇ ਹੋ। ਗੱਲ ਤਾਂ ਠੀਕ ਹੈਗੀ, ਮੈਨੂੰ ਚਾਚੇ ਕਰਮੇ ਨੇ ਵੀ ਇਹ ਰਾਏ ਦਿੱਤੀ ਸੀਗੀ ਬੇਬੇ। ਅੱਛਾ, ਮੈਂ ਜੱਸੀ ਨਾਲ ਗੱਲ ਕਰੀ। ਹਾਂ ਇਹ ਕਹਿੰਦੀ ਹੈ ਕਿ ਵੀ ਸਕੀਆਂ ਭੈਣਾਂ ਆਏ ਹੈਗਾ, ਮੈਂ ਕਿਹਾ ਵੀ ਕੋਈ ਨਹੀਂ ਅੱਜ ਕੱਲ੍ਹ ਸਕਾ ਹੈਗਾ ਕਿਸੇ ਦਾ। ਬੇ ਪੁੱਤ ਕੌਣ ਅੱਜ ਕੱਲ੍ਹ ਸਕਾ, ਪੈਸੇ ਦੇ ਸਕੇ ਨੇ, ਕੋਈ ਕਿਸੇ ਦਾ ਪਿਆਰ ਨਹੀਂ। ਅੱਜ ਦੇਣ ਉਹ ਹਟ ਜਾ, ਪ੍ਰਤਿਆ ਕੇ ਦੇਖ, ਅੱਜ ਦੇਣ ਉਹ ਹਟ ਜਾ, ਤੈਨੂੰ ਜਮਾਂ ਨਹੀਂ ਸਿਆਣ ਤੇ। ਬੇਬੇ ਜੀ ਹਾਂ, ਐਨਾ ਉਹਨਾਂ ਨਾਲੋਂ ਮਾਸ ਕਿੱਥੇ ਦੂਰ ਹੁੰਦੇ ਨੇ, ਫਿਰ ਵੀ ਮੇਰੀ ਵੱਡੀ ਭੈਣ ਆ। ਤੂੰ ਉਹਨੂੰ ਕਹਿ ਦੇ ਵੀ ਤਨਖਾਹ ਨਹੀਂ ਦਿੰਦੇ ਐਤਕੀ ਦੀ, ਫਿਰ ਦੇਖ ਵੱਡੀ ਭੈਣ ਕੀ ਕਹਿੰਦੀ ਆ। ਕੁੜੀਏ ਮੇਰੀ ਗੱਲ ਮੰਨ, ਮੈਂ ਸਿਆਣੀ ਆ, ਸਿਆਣੀ ਗੱਲ ਕਹਿੰਦੀ ਹੈਗੀ। ਪੁੱਤ ਮੈਂ ਕਿਹੜਾ ਤੁਹਾਡੇ ਪੈਸੇ ਲੈਣੇ ਨੇਗੇ। ਹਰੇਕ ਬੰਦਾ ਨਹੀਂ ਗਲਤ ਕਹਿੰਦਾ ਹੁੰਦਾ ਜੱਸੀ, ਹਾਂ ਤੂੰ ਤਾਂ ਉਹੀ ਬਸ ਦਿਲ ਤੇ ਲਈ ਬੈਠੀ ਹੈਗੀ ਗੱਲ। ਲੈ ਤੂੰ ਫਿਰ ਹੈ ਜੇ ਗੱਲ ਹੈ ਬੇਬੇ ਵਾਲੀ ਗੱਲ, ਆਪਾਂ ਮੰਨ ਕੇ ਵੇਖਦੇ ਹਾਂ, ਆਪਾਂ ਐਤਕੀ ਤਨਖਾਹ ਨਹੀਂ ਫੜਾਉਂਦੇ, ਤੂੰ ਦੇਖੀ ਕਿਵੇਂ ਤੜਫਦੇ ਫਿਰ ਉਹ। ਚੱਲ ਕੋਈ ਨਹੀਂ ਜੀ, ਜਿਵੇਂ ਤੁਹਾਡੀ ਮਰਜ਼ੀ। ਤੁਸੀਂ ਆਏ ਸੋਚੋ, ਜਿਹੜਾ ਜ਼ਮੀਨ ਦਾ ਸਾਰਾ ਹਿਸਾਬ ਕਿਤਾਬ ਆ ਉਹ ਉਹਨਾਂ ਕੋਲ ਹੈ, ਜਿਹੜੇ ਤਨਖਾਹ ਲੈ ਕੇ ਫੜਾਉਂਦਾ ਉਹਨਾਂ ਨੂੰ ਫੜਾਉਂਦਾ ਗਾ, ਤੁਹਾਡੇ ਪੱਲੇ ਕੀ ਹੈ ਬਈ ਦੱਸੋ। ਗੱਲ ਤਾਂ ਠੀਕ ਹੈ ਬੇਬੇ, ਸਮਝਾਉਣਾ ਤਾਂ ਮੈਂ ਬਹੁਤ ਹੈ ਇਹਨੂੰ, ਇਹ ਫੇਰ ਉਹੀ ਗੱਲ ਬਸ ਐਂ ਕਰ ਜਾਂਦੀ ਹੈ। ਬਰਿਆ ਰੱਖਿਆ ਪੁੱਤ ਕਮਲੀ ਆ ਕੀ, ਪੁੱਤ ਜਦੋਂ ਪੈਸਾ ਹੋਵੇ ਘਰੇ ਉਹਦੀ ਪਿਆਰ ਹੈ, ਤੂੰ ਦੇਣੋ ਹਟ ਜਾ ਉਹਦੀ ਅੰਗੈਰ। ਗੱਲ ਤਾਂ ਠੀਕ ਹੈ ਬੇਬੇ, ਅੱਜ ਵੀ ਹੁਣ ਅਸੀਂ ਆ ਡੀਪੂ ਤੋਂ ਸੂਟ ਲੈ ਕੇ ਆਏ ਹਾਂਗੇ, ਮਾੜਾ ਸੂਟ ਲੈ ਤਾ ਲੈ, ਇਹ ਤਾਂ ਕਮਲੀ ਆ ਵਿਚਾਰੀ, ਕੋਈ ਸਮਝ ਜੂਗੀ ਪੁੱਤ,
ਹਜੇ ਨਿਆਣੀ ਸਿਆਣੀ ਆ, ਇਹਨੂੰ ਕਿਸੇ ਨੇ ਅਕਲ ਨਹੀਂ ਦਿੱਤੀ। ਬੇਬੇ ਜੀ, ਨਾ ਤਾਂ ਕਦੇ ਪੇਕਿਆਂ ਘਰੇ ਫਰਕ ਰੱਖਿਆ ਸੀ, ਤੇ ਜਿੱਦਾਂ ਦੇ ਇੱਥੇ ਆਈਆਂ ਦੋਨੇ ਭੈਣਾਂ, ਇੱਥੇ ਵੀ ਅਸੀਂ ਇੱਕ ਦੂਜੇ ਨਾਲ ਫਰਕ ਨਹੀਂ ਕਦੇ ਰੱਖਿਆ। ਬਸ ਤਾਂ ਕਰਕੇ ਨਾ ਮੇਰਾ ਜੀ ਜਾ ਹੋਰ ਉਂਝੇ ਕਰਦਾ ਸੀ ਵੀ ਭੈਣ ਨੂੰ ਵੀ ਆਪਦੇ ਨਾਲ ਦੇ ਸੂਟ ਲੈ ਦਿੰਦੀ ਮੈਂ। ਤੂੰ ਤਾਂ ਕਮਲੀ ਆ ਧੀਏ, ਪੇਕਿਆਂ ਘਰ ਕੌਣ ਫਰਕ ਰੱਖਦਾ ਹੁੰਦਾ ਗਾ? ਪੇਕਿਆਂ ਘਰ ਤਾਂ ਮਾਂ ਪਿਓ ਇੱਕੋ ਜਿਹੀ ਲਿਆਉਂਦਾ ਸਾਰਿਆਂ ਨੂੰ, ਚੱਕੋ ਭਾਈ ਪਾਈ ਚੱਲੋ ਸਮਿਆਈ ਚੱਲੋ, ਆ ਭਾਈ ਚੀਜ਼ ਲਿਆਂਦੇ ਖਾਈ ਚੱਲੋ। ਜਦੋਂ ਸਹੁਰੇ ਘਰ ਆਪਦਾ ਘਰ ਬੰਨਣਾ ਹੁੰਦਾ ਨਾ, ਉਦੋਂ ਪੈਸੇ ਦੀ ਲੋੜ ਹੁੰਦੀ ਆ, ਤੂੰ ਸਮਝਦੀ ਕਿਉਂ ਨਹੀਂ? ਬਾਕੀ ਤੇਰੀ ਮਰਜ਼ੀ ਆ ਭਾਈ, ਦੇਖੋ ਮੈਂ ਤਾਂ ਸਮਝਾਉਣਾ ਸੀ, ਇੱਕ ਵਾਰੀ ਸਮਝਾ ਤਾ ਪੁੱਤ। ਨਾ ਨਾ, ਸਿਆਣੇ ਬੰਦੇ ਦਾ ਤਾਂ ਇਸ਼ਾਰਾ ਹੀ ਹੁੰਦਾ ਗਾ ਬੇਬੇ, ਨਾਲੇ ਤੂੰ ਕਿਹੜਾ ਕੋਈ ਸਾਥੋਂ ਕੋਈ ਖਾਣਾ ਖੱਟਣਾ ਹੈਗਾ ਵੀ ਗਲਤ ਬੋਲੇਂਗੀ? ਉਹੀ ਤਾਂ ਗੱਲ ਹੈ, ਫਿਰ ਮੈਂ ਤਾਂ ਸਿਆਣੀ ਗੱਲ ਹੀ ਕਹੂੰਗੀ। ਚੱਲ ਕੋਈ ਨੀ ਬੇਬੇ, ਫਿਰ ਮੈਂ ਜਾ ਕੇ ਕਰਦਾ ਵਿਚਾਰੇ ਇਸ ਗੱਲ ਤੇ। ਠੀਕ ਹੈ ਪੁੱਤ। ਹਾਂ, ਕਿਉਂਕਿ ਜਿਵੇਂ ਕਹਿੰਦੇ ਨੇ ਨਾ ਵੀ ਕੋਈ ਰੱਬ ਵੱਲੋਂ ਬੰਦਾ ਕੋਈ ਭੇਜਦਾ ਹੁੰਦਾ, ਰੱਬ ਆਪ ਸਿੱਧਾ ਤਾਂ ਮਿਲਦਾ ਨਹੀਂ ਹੁੰਦਾ। ਕਰਨੀ ਨਹੀਂ ਪੁੱਤ, ਵਿਚਾਰ ਕਰ ਲੈ। ਨਾ ਮੈਂ ਜਾ ਕੇ ਕਰਦਾ ਗਾ ਬੇਬੇ। ਠੀਕ, ਹਾਂ ਚੱਲ ਜੱਸੀ। ਚਾਹ ਕਿਵੇਂ ਸੀ? ਵਧੀਆ ਬਣ ਗਈ ਸੀ ਚਾਹ? ਹਾਂ ਬਹੁਤ ਵਧੀਆ ਜੀ, ਵਧੀਆ ਸੀ ਚਾਹ। ਹਾਂ ਆਏ ਪੁੱਤ, ਮੇਰੀ ਚਾਹ ਵਧੀਆ ਬਣਾਈ ਹੋਈ। ਹਾਂ ਬਾਕੀ ਕੋਈ ਨਹੀਂ ਬੇਬੇ, ਜਦੋਂ ਟਾਈਮ ਲੱਗੇ ਆ ਜਾ ਕਰ ਘਰੇ ਉਧਰ ਵੀ। ਹਾਂ ਪੁੱਤ, ਮੈਂ ਤਾਂ ਰੋਜ਼ ਹੀ ਆਉਣਾ। ਚੱਲ ਚੰਗਾ ਬੇਬੇ ਫਿਰ। ਚੰਗਾ ਪੁੱਤ, ਜਿਉਂਦਾ ਰਹਿ। ਠੀਕ ਹੈ ਬੇਬੇ ਜੀ। ਚੰਗਾ ਪੁੱਤ, ਆ ਗਏ ਨਾ ਨਜ਼ਾਰਾ, ਹੁਣ ਪੈਣਗੇ ਪੜਾਕੇ। ਕਾਮਲ ਗਏ ਕੁਲਦੀਪ ਘਰੇ, ਜੇ ਤੂੰ ਆਏ ਨਾ ਪੜਾਕੇ ਭਾਵੇਂ ਤੈਨੂੰ ਕਿਹਦੇ ਪੁੱਛਣਾ ਹੈਗਾ, ਕਰਮਾ ਤਾਂ ਉਈ ਰਹਿ ਗਿਆ ਪਿੱਛੇ, ਮੈਂ ਪਾਏ ਨਾ ਅਸਲੀ ਪੜਾਕੇ ਤਾਂ ਲੰਘ ਵੀ ਗਏ। ਆ ਖੁਸ਼ੂ ਪੁੱਤ, ਆ ਮੋਟੀ ਲੱਕੜ ਲਾ ਦੇ ਸਾਗ ਥੱਲੇ। ਆ ਕਿਹੜਾ ਵੇਲਾ ਹੋ ਗਿਆ, ਹਜੇ ਤੱਕ ਨਹੀਂ ਆਏ। ਓਏ ਆ ਜਾਣਗੇ, ਹੁਣ ਕੱਪੜੇ ਲੈਣ ਗਏ ਨੇ, ਟਾਈਮ ਤਾਂ ਉੱਥੇ ਲੱਗਦਾ ਹੀ ਆ, ਨਹੀਂ ਤੁਸੀਂ ਕਿਹੜਾ ਬੁੜੀਆਂ ਇੱਕ ਵਾਰੀ 'ਚ ਪਸੰਦ ਕਰ ਲੈਣੀ। ਜੀਤਾ ਨਾ ਦੁੱਧ ਨਹੀਂ ਪੀ ਕੇ ਗਿਆ ਅੱਜ, ਭੁੱਖਾ ਵੱਗ ਗਿਆ ਘਰੋਂ। ਹੈਂ, ਉਹ ਕੁੜੀ ਨੇ ਵੀ ਚਾਹ ਦੀ ਘੁੱਟ ਪੀਤੀ ਆ, ਮੈਂ ਤਾਂ ਕਹਿੰਦੀ ਸੀ। ਕੋਈ ਨਾ, ਆ ਜਾਣਗੇ, ਆ ਕੇ ਖਾ ਲੈਣਗੇ, ਐਂ ਕੀ ਹੁੰਦਾ, ਤੂੰ ਤਾਂ ਬਾਹਲਾ ਹੀ ਟੈਨਸ਼ਨ ਲੈਂਦੀ ਆ ਹਰੇਕ ਗੱਲ ਦੀ। ਉਹ ਆਈ ਨਹੀਂ ਕੀਤਾ ਉਹਨੇ, ਆਈ ਉਹ ਲੈ ਆ ਗਏ। ਹੋਰ ਛੋਟੇ ਭਾਈ ਠੀਕ ਹੈ? ਬਾਈ ਆ ਗਏ ਜੱਸੀ? ਹਾਂ ਭੈਣੇ, ਲਿਆਂਦੇ ਸੂਟ, ਸੂਟ ਲਿਆਂਦੇ। ਹਾਂ ਬਾਹਲਾ ਹੀ ਟਾਈਮ ਲਾਤਾ, ਪਸੰਦ ਨਹੀਂ ਆਏ? ਨਾ ਬਸ ਉਹ ਟਾਈਮ ਲੱਗ ਗਿਆ, ਦੇਖੀ ਗਏ ਤੁਹਾਨੂੰ ਪਤਾ ਹੀ ਆ, ਫਿਰ ਸੂਟ ਹੁਣ ਕਢਾਉਣੇ ਤਾਂ ਕਿੰਨੇ ਸਾਰੇ ਪੈਂਦੇ ਆ, ਫੇਰ ਹੀ ਪਸੰਦ ਕਰਿਆ ਜਾਂਦਾ ਵਿੱਚੋਂ। ਦੇਖਾਂ ਕਹੇ ਜੇ ਲਈ ਲਾ, ਦੇਖ ਲਓ। ਉਹ ਤੇਰੀ ਭਰਜਾਈ ਨੂੰ ਵੀ ਲੈ ਜਾਂਦਾ, ਉਹ ਲਿਆਂਦਾ ਬਾਈ ਲਿਆਂਦਾ ਹੈਗਾ। ਚੱਲ ਮੈਂ ਕਰ ਲਾਂਗਾ, ਦੇਖ ਕੇ ਜੇ ਲੈਂਦੀ। ਫਿੱਕਾ ਜੇ ਲਿਆਤਾ ਸੀਗਾ ਮੈਂ, ਫਿਰ ਚੱਲ ਜਿਹੋ ਜਿਹੀ ਉਮਰ ਆਏਗੀ ਭਾਬੀ ਦੀ, ਹਨਾ, ਬਾਹਲੇ ਫਿਰ ਗੂੜੇ ਜੇ ਤਾਂ ਫਿਰ ਸੋਹਣੇ ਨਹੀਂ ਲੱਗਦੇ ਹੈਗੇ। ਉਹ ਐਂ ਨਹੀਂ ਹੁੰਦਾ ਛੋਟੇ ਭਾਈ, ਇਹਨੂੰ ਨਾਲ ਲੈ ਜਾਂਦਾ, ਦੇਖ ਕੇ ਲਿਆ ਆਉਂਦੀ, ਅੱਗੇ ਵੀ ਜਾਂਦੀ ਸੀ। ਉਹ ਭਾਈ ਫਿਰ ਘਰੇ ਵੀ ਕੰਮ ਕਰਨਾ ਹੁੰਦਾ ਹੈਗਾ, ਨਾਲ ਲੈ ਜਾਂਦਾ ਸਾਰਾ ਟੱਪਰ, ਹੁਣ ਡਿੱਪੂ ਜਾਪ ਉੱਥੇ ਕੀ ਕਰਾਂਗੇ ਯਾਰ। ਆਹ ਸੂਟ ਜੱਸੀ ਦਾ ਹੈਗਾ? ਹਾਂ ਸੋਹਣਾ ਹੈਗਾ। ਆਹ ਹੁਣ ਕਿਹੜਾ ਯਾਰ, ਇਹ ਤਾਂ ਦਾਦੀਆਂ ਵਾਲਾ ਸੂਟ ਆ। ਉਹ ਭਰਾਵਾ ਆਹ ਸਮਿਆ ਦੇ, ਕੋਈ ਨਹੀਂ, ਆਹ ਜੱਸੀ ਬੱਲਿਆ ਫੜਾ ਦੇ ਮੈਨੂੰ। ਚੱਲ ਆਹ ਵਾਰੀ ਭਾਬੀ ਤੋਂ ਕੋਈ ਨਹੀਂ ਕਹਿੰਦਾ, ਮੈਂ ਉਹ ਕਹਿਣਾ ਵੀ ਤੈਨੂੰ ਮਾੜਾ ਮੋਟਾ ਚੱਜ ਦਾ ਤਾਂ ਲਿਆ ਆਉਂਦਾ ਜਦੋਂ ਗਈ ਸੀ। ਚੱਜ ਦੇ ਨੂੰ ਕੀ ਹੋਇਆ, ਸੋਨੂੰ ਕੀ ਪਤਾ ਹੈਗਾ? ਆਹ ਦੇਖ ਲਓ ਉੱਤੇ ਕਿੱਡੀ ਸੋਹਣੀ ਤਾਂ ਕਢਾਈ ਹੈਗੀ, ਹੈ ਰੇਸ਼ਮ ਦੇ ਧਾਗੇ ਦੀ। ਆਹ ਦੇਖ ਨਾਲ ਚੁੰਨੀ ਹੈਗੀ, ਚੁੰਨੀ ਸੂਟ ਹੈਗਾ। ਆਹ ਚੁੰਨੀ ਸੂਟ ਅੱਜ ਕੱਲ ਫਿੱਕੇ ਹੀ ਪਾਉਂਦੇ ਨੇ। ਉਹ ਫਿਰ ਮੈਂ ਤਾਂ ਹੀ ਕਹਿਣਾ ਵੀ ਛੋਟੇ ਭਾਈ ਤੂੰ ਆਦੀ ਭਾਬੀ ਨੂੰ ਨਾਲ ਲੈ ਜਾਂਦਾ। ਉਹ ਭਰਾ ਬਾਗਲੇ ਐਤਵਾਰ ਆਊਗਾ ਡਿੱਪੂ ਵਾਲਾ, ਤੂੰ ਆਪਦਾ ਜਿਹੇ ਜਿਹਾ ਲੋਟ ਆਉਂਦਾ ਤੂੰ ਆਪਦਾ ਆਪ ਦਵਾ ਦੀ, ਮੈਥੋਂ ਤਾਂ ਇਹੋ ਜਿਹੇ ਆਉਣਗੇ। ਕਾਹਨੂੰ ਜਿੱਤੇ ਤੂੰ ਗੁੱਸੇ ਹੁੰਦਾ ਹੈਗਾ? ਆਹ ਦੇਖ ਤੁਸੀਂ ਵੀ, ਤੁਹਾਨੂੰ ਅਕਲ ਨਹੀਂ ਹੈਗੀ ਗੱਲ ਕਰਨ ਦੀ। ਉਹ ਯਾਰਾ ਮੈਂ ਕੀ ਆਖਿਆ, ਮੈਂ ਤਾਂ ਇੰਨਾ ਹੀ ਆਖਿਆ ਸੀ ਸੂਟ ਬਾਰੇ, ਪਰ ਇਹੀ ਬਦਲਿਆ ਪਿਆ, ਇਹੀ ਕਿਸੇ ਦੀਆਂ ਮਿਲਾਂ ਉਂਗਲਾਂ ਤੇ ਚੜ ਗਿਆ ਹੁਣ, ਅੱਗੇ ਮੰਗੂ ਤਾਂ ਬਾਈ ਕਹਿੰਦੇ ਹੀ ਨਹੀਂ ਇਹ।
ਇਹ ਤਾਂ ਤੇਰੀਆਂ ਗੱਲਾਂ ਸੱਚੀਆਂ ਨੇ ਜਿਹੜੀਆਂ ਤੂੰ ਮੈਨੂੰ ਰੋਜ਼ ਕਹਿਣੀ ਆ, ਮੈਂ ਹੀ ਨਹੀਂ ਤੇਰੀ ਗੱਲ ਸੁਣੀ। ਤੁਸੀਂ ਸੂਟ ਲੈ ਦਿੱਤਾ ਉਹਦਾ ਲਿਆਂਦਾ ਹੋਇਆ ਤਾਂ ਗੁੱਸੇ ਹੋ ਗਿਆ ਉਹ। ਮੈਂ ਬੋਲ ਕੇ ਦੇਖ ਕਿਵੇਂ ਗਿਆ, ਉਹ ਐਵੇਂ ਝਮੇਲਾ ਪਾ ਛੱਡਿਆ। ਅਗਲੇ ਹਫ਼ਤੇ ਫਿਰ ਡਿਪੂ ਵਾਲਾ ਆਜੂਗਾ, ਉਹਦੇ ਸੂਟ ਲੈ ਆਓ। ਉਹ ਮੈਂ ਤਾਂ ਕੁਛ ਵੀ ਨੀ ਆਖਿਆ ਬਾਪੂ, ਮੈਂ ਤਾਂ ਇੰਨੀ ਗੱਲ ਆਖੀ ਵੀ ਇਹਨੂੰ ਨਾਲ ਲੈ ਜਾਂਦਾ ਉਹਦੀ। ਓਏ ਆ ਲੈ ਯਾਰ, ਆ ਚੱਕ ਸੂਟ, ਹੁਣ ਤੇਰੇ ਵਾਲੀ ਦੀ ਪਾ ਦੀ। ਓਏ ਬੋਲਦਾ ਕਿ ਮੈਂ ਛੋਟੇ ਤੇਰੇ ਵਾਲੀ ਤੋਂ, ਤੇਰੀ ਮਾਵਾਂ ਵਰਗੀ ਭਰਜਾਈ ਆ। ਮਾਵਾਂ ਤੂੰ ਪਹਿਲਾਂ ਕਰਦਾ ਹੁੰਦਾ ਸੀ, ਹੁਣ ਤੇਰੇ ਵਾਲੀ ਨੂੰ ਕਹਿਣਾ ਮੈਂ ਕੀ ਕਰਾਉਣਾ ਇਹ ਤਾਂ ਸੂਟ। ਹੁਣ ਕਾਹ ਕਰਦੇ ਹੋ ਯਾਰ ਤੁਸੀਂ, ਕੀ ਗੱਲ ਹੈ ਕਿ ਸੂਟ ਕੀ ਲਿਆਂਦਾ ਇਹ? ਕਿੰਨੇ ਕੁ ਤਾਂ ਹੈਗਾ ਸਰ, 2000-2500 ਦਾ ਹੈਗਾ ਗਾ, ਤੜਕੇ ਦਾ ਆਨੰਦ ਪਾ ਰੱਖਿਆ ਤੁਸੀਂ ਇਹਦੇ ਪਿੱਛੇ। ਉਹ ਮੈਨੂੰ ਵੀ ਦੱਸੋਗੇ ਵੀ ਕੀ ਗੱਲ ਹੋਈ ਹੈ? ਹੁਣ ਕੀ ਹੈ ਬਾਪੂ, ਦੋ ਸੂਟ ਲਿਆਂਦੇ ਸੀਗੇ, ਉਹਦਾ ਫਿੱਕਾ ਰੰਗ ਹੈ, ਹੁਣ ਇਹਦੇ ਤੂੰ ਦੇਖ ਲਾ, ਮੂੰਹ ਦੇਖ ਲਾ, ਹੈਗਾ ਆਹ ਲਾਲ ਗੁਲਾਲ ਪਾਉਣ ਵਾਲਾ ਪਾ ਲਾ। ਆਹ ਦੇਖ ਲਾ ਬਾਪੂ ਕਿਵੇਂ ਬੋਲਦਾ, ਹੱਥਾਂ 'ਚ ਪਾ ਲਿਆ, ਹੁਣ ਐਂ ਬੋਲਦਾ। ਉਹ ਬਥੇਰਾ ਲਟਾ ਲਿਆ ਸੀ ਆਪਦੇ ਆਪ ਨੂੰ, ਸਾਰੀ ਤਨਖਾਹ ਖਾਈ ਜਾਂਦੇ ਤੁਸੀਂ ਮੇਰੀ, ਜ਼ਮੀਨ ਤਾਂ ਮੇਰੀ ਦਾ ਅੱਧਾ ਹੈਗਾ, ਉਹ ਠੇਕਾ ਆਈ ਜਾਂਦਾ ਹੈਗਾ ਤੁਹਾਨੂੰ ਮੌਜ ਨਾਲ ਵਾਹ ਕੇ। ਮੈਂ ਤਾਂ ਕਹਿੰਦਾ ਹਿਸਾਬ ਵੀ ਨਹੀਂ ਲਿਆ ਵੀ ਕਿੰਨੀ ਫਸਲ ਹੁੰਦੀ ਹੈਗੀ, ਵੇਚ ਕੇ ਮੌਜ ਨਾਲ ਜੇਬ 'ਚ ਪਾ ਲੈਂਦਾ ਹੈਗਾ। ਨਾਲੇ ਭੈਣ ਵੀ ਹੁਣ ਗੱਲ 'ਚ ਕਲੇਸ਼ ਜਿਹਾ ਕਰਦੀ ਆ, ਉਦੋਂ ਮੈਂ ਚਾਹ ਨਹੀਂ ਬਣਾਈ ਤਾਂ ਵੀ ਭੈਣ ਮੈਨੂੰ ਬੋਲੀ, ਆ ਤਾਈ ਆਟਾ ਲੈਣਾ ਸੀ, ਮੈਂ ਆਟਾ ਦੇਤਾ ਤਾਂ ਵੀ ਇੱਕ ਤੂੰ ਆਟਾ ਕਿਉਂ ਦਿੰਦੀ? ਕੰਮ ਲੈਣਾ ਬਣੋ ਨਾ, ਉਹ ਭਾਈ ਤੇਰੇ ਨਾਲ ਕਲੇਸ਼ ਕਰੇ, ਤੁਹਾਨੂੰ ਧੀਆਂ ਪੁੱਤਾਂ ਮੰਗੂ ਰੱਖਦੀ ਆ। ਉਹ ਭਾਈ ਹੁਣ ਤੱਕ ਕਮਲੀ ਸੀਗੇ, ਹੁਣ ਤੱਕ ਕਮਲੀ ਸੀਗੇ, ਹੁਣ ਸਿਆਣੇ ਹੋਏ ਆਂਗੇ। ਉਹ ਮੇਰੀ ਗੱਲ ਸੁਣੋ, ਓਏ ਤੁਸੀਂ ਖਾਣ ਲੱਗ ਗਏ ਰੋਟੀ ਵਧੀਆ, ਕਬੀਲਦਾਰੀ ਹੋ ਗਈ ਸੀਗੀ ਆਪਣੀ ਸੌਖੀ, ਹੁਣ ਤੁਹਾਨੂੰ ਨਾ ਕੋਈ ਉਂਗਲਾਂ ਲਾਉਣ ਵਾਲੇ ਵਿੱਚ ਲਾਉਣਗੇ ਤੁਹਾਨੂੰ ਬੱਤੀਆਂ। ਬਾਪੂ ਮੇਰੀ ਗੱਲ ਸੁਣ ਲਾ, 100 ਹੱਥ ਰੱਸਾ ਸਿਰੇ ਤੇ ਗੰਢ, ਮੈਂ ਤਾਂ ਅੱਡ ਹੋਣਾ ਹੈਗਾ, ਠੀਕ ਹੈ? ਮੈਥੋਂ ਤਾਂ ਲਟਾ ਹੋਈਦਾ ਨੀਗਾ। ਚੱਲ ਕੋਈ ਨੀ ਬਾਪੂ ਜੀ, ਜਿਵੇਂ ਜੀਤਾ ਕਹਿੰਦਾ ਉਵੇਂ ਕਰ ਦੋ। ਉਹ ਗੱਲ ਸੁਣ ਲਾ ਭਾਈ, ਦੇਖ ਬਾਪੂ ਹੁਣ ਅੱਡ ਤਾਂ ਇਹ ਹੋਊਗਾ ਹੀ ਹੋਊਗਾ ਜਦੋਂ ਇਹ ਕਿਸੇ ਦੀਆਂ ਉਂਗਲਾਂ ਤੇ ਚੜਿਆ ਆਇਆ, ਪਰ ਇਹਨੂੰ ਐਂ ਕਹਿ ਦੇ ਵੀ 8 ਦਿਨ ਦੇ ਦੇ, 8 ਦਿਨਾਂ ਬਾਅਦ ਅੱਡ ਹੋ ਜਾਏ ਜਿੱਥੇ ਇੰਨਾ ਚਿਰ ਰਹਿ ਗਿਆ। ਉਹ ਕੋਈ ਗੱਲ ਨੀ ਬਾਪੂ, ਤਾਂ ਪੁੱਛਣ ਦੀ ਲੋੜ ਹੀ ਨਹੀਂ, ਜਿੱਥੇ ਅਸੀਂ ਇੰਨਾ ਤੈਨੂੰ ਲਟਾ ਹੋ ਗਏ ਨਾ, 8 ਦਿਨ ਹੋਰ ਖਾ ਲਈ ਤੂੰ, ਕੋਈ ਗੱਲ ਨੀ, ਜੇ ਤੇਰਾ ਨਹੀਂ ਢਿੱਡ ਭਰਿਆ 8 ਦਿਨਾਂ 'ਚ ਪੂਰਾ ਕਰ ਲਈ ਉਹ ਵੀ। ਉਹ ਇਹੋ ਜਿਹਾ ਕੀ ਲਟਾ ਹੋ ਗਿਆ ਤੁਹਾਨੂੰ? ਕੁਛ ਨੀ ਹੋਇਆ ਬਾਪੂ, ਬਸ ਮੈਂ ਤਾਂ ਅੱਡ ਹੋਣਾ ਹੈਗਾ, 8 ਦਿਨ ਦੇ ਤੇ, 9ਵੇਂ ਦਿਨ ਮੇਰੀ ਤਾਂ ਤੂੰ ਕੰਧ ਕੱਢ ਦੀ ਬਸ, ਠੀਕ ਹੈ? ਮੇਰੇ ਨਾਲ ਅਦੂ ਬਾਅਦ 'ਚ ਜਵਾਨ ਨਾ ਸਾਂਝੀ ਕਰੇ ਬਸ। ਆਇਆ ਜੱਸੀ, ਵਧੀਆ ਸੌਖੀ ਰੋਟੀ ਖਾਣ ਲੱਗ ਗਏ ਸੀ, ਪਤਾ ਨੀ ਸਹੁਰਿਆਂ ਨੂੰ ਕੀ ਹੋਇਆ ਇਹਨਾਂ ਨੂੰ, ਹੁਣ ਸਾਰਿਆਂ ਦੇ ਅੱਡ ਮੂੰਹ ਹੋ ਗਏ ਤੁਹਾਡੇ। ਓਏ ਅਸੀਂ ਤਾਂ ਕੁਛ ਵੀ ਨੀ ਆਖਿਆ, ਸਾਰਾ ਪਾਲਿਆ ਪਲੋਸਿਆ ਐਡਾ ਕੀਤਾ, ਹੈਂ ਹੁਣ ਇਹ ਸ਼ਾਬਾਸ਼ ਦਿੰਦਾ, ਹੁਣ ਅੱਧੀ ਜ਼ਮੀਨ ਦਾ ਮਾਲਕ ਬਣਦਾ ਜਾਂਦਾ। ਆਹ ਦਿਨ ਦੇਖਣੇ ਸੀ ਮੈਂ ਵੀ ਬਸ। ਵਾਹਿਗੁਰੂ। ਲੈ ਦੇਖ ਲਾ ਬਾਪੂ, ਹੁਣ ਤਾਂ 8 ਦਿਨ ਵੀ ਹੋ ਗਏ, ਕਿੱਧਰ ਗਿਆ ਸਾਦੋਂ ਨੂੰ ਆਵਾਜ਼ ਮਾਰ, ਅੱਡ ਹੋਣਾ ਮੈਂ ਤਾਂ। ਓਏ ਆਉਂਦਾ ਕੋਈ ਨੀ, ਆਜੂਗਾ। ਉਹ ਮੈਨੂੰ ਪਤਾ ਹੀ ਹੈਗਾ ਆਜੂਗਾ, ਅੱਜ ਅੱਡ ਹੋਣ ਦਾ ਦਿਨ ਸੀਗਾ, ਭਾਗਿਆ ਹੋਣਾ ਕਿਤੇ ਸਕੀਰੀ 'ਚ ਬਹਿ ਗਿਆ ਉਹ ਲੁੱਕ ਕੇ। ਉਹ ਕਿਤੇ ਨੀ ਗਿਆ, ਉਹ ਆਜੂਗਾ ਹੁਣ, 2 ਮਿੰਟ ਡੀਕਲਾ ਹੋਣਾ, ਜਿੱਥੇ ਨੇ ਲੰਘੇ ਉੱਥੇ ਹੁਣ ਨਹੀਂ ਦਿਖ ਸਕਦਾ ਹੋਰ। ਫਿਰ 8 ਦਿਨ ਕਿਹਾ ਸੀ, 8 ਦਿਨ ਹੋ ਗਏ, ਹੁਣ ਕਰੋ ਹਿਸਾਬ ਕਿਤਾਬ। ਫਿਰ ਆਉਂਦਾ ਲੈ ਆ ਗਿਆ। ਆ ਲੈ ਛੋਟੇ ਭਾਈ, ਜ਼ਮੀਨ ਦੇ ਕਾਗਜ਼। ਕਰਤਾ ਉਹੀ ਕੰਮ, ਕਰਤਾ ਉਹੀ ਕੰਮ, ਮੈਨੂੰ ਪਤਾ ਹੀ ਸੀਗਾ, ਕਰਾ ਲਈ ਚੰਗੀ ਚੋ ਚੰਗੀ ਆਪ ਦੇਣਾ, ਮੈਨੂੰ ਦੇ ਦੇ ਹੋਣਗੇ ਟਿੱਬੇ। ਉਹ ਮੈਂ ਤੇਰੇ ਮਾਰਿਆ ਨੀ ਮਰਦਾ, 30,000 ਆਉਂਦਾ ਹੈਗਾ ਮੈਨੂੰ ਮਹੀਨੇ ਦਾ, ਮੈਂ ਤਾਂ ਕਰਾ ਕਰੂ ਲਾ ਕੇ ਉਹੀ ਪੱਧਰ ਕਰ ਲੂੰਗਾ। ਓ ਬਾਈ ਦੇਖ ਤਾਂ ਲੈ, ਮੈਂ ਤਾਂ 1 ਕਿੱਲਾ ਰੱਖਿਆ, ਬਾਕੀ ਸਾਰੀ ਤੇਰੇ ਨੌਕਰਾਂ ਦੀ। ਦੇਖ ਲਾ ਪਹਿਲਾਂ ਕਾਗਜ਼, ਮੇਰੇ ਤਾਂ 2 ਕੁੜੀਆਂ ਨੇ, 1 ਕਿੱਲਾ ਵੇਚ ਕੇ ਮੈਂ ਵਿਆਹ ਦੂੰਗਾ। ਖੁਸ਼ ਆ ਹੁਣ ਤਾਂ? ਫਿਰ ਇਹ ਕੀ ਕੀਤਾ ਬਾਈ ਤੂੰ,
ਕਿੱਲਾ ਕਿਉਂ ਰੱਖਿਆ? ਫਿਰ ਅੱਧੀ ਜ਼ਮੀਨ ਤਾਂ ਤੇਰੀ ਬਣਦੀ ਸੀ, ਅੱਧੀ ਰੱਖ ਲੈਂਦਾ। ਉਹ ਬਸ ਬਾਈ, ਛੋਟਾ ਭਾਈ ਆ, ਤੈਨੂੰ ਹੀ ਦੇਣੀ ਆ। ਮੈਨੂੰ ਤਾਂ ਕਮਰੇ ਵੀ ਦੋ ਪੁਰਾਣੇ ਹੀ ਦੇ ਦੀ ਘਰ ਚੋਂ। ਆਹ ਨਵਾਂ ਪਾਇਆ ਸਾਰਾ ਤੇਰਾ। ਕੋਈ ਨੀ ਜਿੱਤੇ ਪੁੱਤ, ਤੇ ਬਾਕੀ ਰਹੀ ਜ਼ਮੀਨ ਦੀ ਗੱਲ, ਜ਼ਮੀਨ ਤਾਂ ਸਾਡੇ ਮਰੇ ਤੋਂ ਬਾਅਦ ਵੀ ਤੇਰੀ ਹੋਈ ਸੀ। ਚੱਲ ਤੂੰ ਸਾਡੇ ਜਿਉਂਦੇ ਜੀ ਮੰਗ ਲਈ, ਜਿਹੜਾ ਸਾਡਾ ਫਰਜ਼ ਸੀ ਅਸੀਂ ਤੇਰਾ ਨਿਭਾਤਾ। ਇੱਕ ਕਿੱਲਾ ਵੀ ਅਸੀਂ ਤਾਂ ਰੱਖਿਆ ਵੀ ਚੱਲ ਅਸੀਂ ਆਪਣੀਆਂ ਧੀਆਂ ਵਿਆਹ ਕੇ ਬਾਹਰੋਂ ਉਠਾ ਦਾਂਗੇ। ਜਦੋਂ ਦੋ ਧੀਆਂ ਤੋਂ ਬਾਅਦ ਮੇਰੇ ਪੁੱਤ ਨਾ ਹੋਇਆ, ਮੈਂ ਤੈਨੂੰ ਹੀ ਆਪਦਾ ਪੁੱਤ ਮੰਨ ਲਿਆ ਸੀ। ਬੇਬੇ ਤੈਨੂੰ ਛੱਡ ਕੇ ਮਰ ਗਈ ਸੀ ਛੋਟੇ ਜਿਹੇ, ਮੈਂ ਤਾਂ ਤੈਨੂੰ ਆਪਦਾ ਪੁੱਤ ਸਮਝ ਕੇ ਪਾਲਿਆ ਸੀ। ਚੱਲ ਕੋਈ ਨੀ ਪੁੱਤ, ਤੂੰ ਖੁਸ਼ ਰਹਿ, ਤੈਨੂੰ ਮੈਂ ਆਪਦੀਆਂ ਮੂੰਹ ਦੀਆਂ ਗਾਲੀਆਂ ਦੇ ਕੇ ਪਾਲਿਆ। ਜਿਹੋ ਜਿਹਾ ਪੁੱਤ ਤੂੰ ਤੱਤਾ ਠੰਡਾ ਮੰਗਿਆ ਮੈਂ ਤੈਨੂੰ ਦਿੱਤਾ। ਮਾਵਾਂ ਨੀ ਕਦੇ ਪੁੱਤਾਂ ਨਾਲ ਦਗਾ ਕਰ ਸਕਦੀਆਂ। ਸਾਡਾ ਕੀ ਆ, ਅਸੀਂ ਤਾਂ ਮਿਹਨਤ ਮਜ਼ਦੂਰੀ ਕਰਕੇ ਆਪਦਾ ਟਾਈਮ ਪਾਸ ਕਰ ਲਾਂਗੇ। ਆਹ ਦੇਖ ਲਓ ਜੀ, ਤੁਸੀਂ ਲੋਕਾਂ ਮਗਰ ਲੱਗ ਗਏ। ਮੇਰਾ ਮਨ ਤਾਂ ਪਹਿਲੇ ਨਹੀਂ ਸੀ ਮੰਨਦਾ, ਮੈਨੂੰ ਪਤਾ ਸੀ ਭੈਣ ਨੇ ਤੁਹਾਨੂੰ ਪੁੱਤਾਂ ਵਾਂਗੂ ਪਾਲਿਆ, ਤੇ ਭੈਣ ਕਦੇ ਵੀ ਨਹੀਂ ਆਪਣੇ ਨਾਲ ਐਂ ਕਰ ਸਕਦੀ। ਮੈਂ ਤਾਂ ਜਦੋਂ ਵੀ ਭੈਣ ਨੂੰ ਉੱਚਾ ਨੀਵਾਂ ਬੋਲੀ, ਮੇਰਾ ਤਾਂ ਸੱਚੀ ਮਨ ਦੁਖੀ ਹੁੰਦਾ ਸੀ। ਤੁਸੀਂ ਜ਼ਮੀਨਾਂ ਜਾਇਦਾਦਾਂ ਨੂੰ ਅਹਿਮੀਅਤ ਦਿੰਦੇ ਹੋ, ਆ ਜ਼ਮੀਨਾਂ ਇੱਥੇ ਪਈਆਂ ਰਹਿ ਜਾਣਗੀਆਂ, ਭੈਣ ਭਾਈ ਤਾਂ ਪਾਲੇ ਨਹੀਂ ਇੱਥੇ ਆਉਂਦੇ। ਬਾਪੂ ਜੀ, ਜੋ ਕੁਛ ਜੀਤਾ ਮੰਗਦਾ ਤੁਸੀਂ ਇਹਨੂੰ ਸਾਰਾ ਕੁਛ ਹੀ ਦੇ ਦਿਓ। ਮਾਂ ਪਿਓ ਦਾ ਹਿੱਸਾ ਤਾਂ ਪੁੱਤਾਂ ਕੋਲ ਹੀ ਜਾਂਦਾ ਹੁੰਦਾ, ਇਹ ਤਾਂ ਬੌਲਾ ਹੋ ਰਿਹਾ ਹੈਗਾ। ਸਾਰਾ ਸਾਡੇ ਜਿਹੜੀ ਜ਼ਮੀਨ ਆਉਂਦੀ ਹੈ ਬਾਪੂ ਜੀ, ਤੁਸੀਂ ਇਸੇ ਦੇ ਨਾਲ ਹੀ ਕਰ ਦਿਓ। ਉਹ ਭਾਈ ਸਾਰੀ ਕਿਵੇਂ ਕਰਦਿਆ ਨਾ, ਦਿਉਂ ਤਾਂ ਅੱਧਾ ਦੀ। ਚੱਲ ਉਹਦੀ ਮਰਜ਼ੀ ਹੈ, ਜਿਵੇਂ ਕਰਦਾ ਕਰ ਲੈਣ ਦੇ। ਹੁਣ ਬਾਪੂ ਕੁੜੀਆਂ ਦਾ ਕੀ ਹੈ, ਵਿਆਹ ਕੇ ਤੋਰ ਦਾਂਗੇ। ਅੱਜ ਵੀ ਇਸੇ ਦੀ ਆ, ਕੱਲ ਨੂੰ ਵੀ ਇਸੇ ਦੀ ਆ। ਹੁੰਦਾ ਪਛਤਾਵਾ ਹੁਣ ਤੈਨੂੰ ਕੁਛ? ਬਾਪੂ ਜੀ, ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ। ਚੱਲ ਕੋਈ ਨੀ ਜੀਤੇ, ਜਿਹੜਾ ਕੁਛ ਹੋ ਗਿਆ ਠੀਕ। ਚਲੋ ਨਹੀਂ ਬਾਈ, ਮੈਨੂੰ ਮਾਫ ਕਰ ਦੇ ਬਾਈ, ਕੋਈ ਨਾ ਛੋਟੇ ਭਾਈ, ਹੋ ਜਾਂਦੀਆਂ ਗਲਤੀਆਂ। ਭਾਬੀ, ਮੈਂ ਜਿਹੜੀ ਗੱਲ ਨੂੰ ਲਾਲਚ ਸਮਝਦਾ ਰਿਹਾ, ਅਸਲ ਜੋ ਜ਼ਮੀਨ ਦਾ ਲਾਲਚ ਨਹੀਂ ਸੀ, ਸਾਡੇ ਪਿਆਰ ਦਾ ਲਾਲਚ ਸੀਗਾ। ਮੈਨੂੰ ਮਾਫ ਕਰ ਦਿਓ, ਮੈਨੂੰ ਮਾਫ ਕਰ ਦਿਓ। ਅਜੇ ਵੀ ਛੁੱਟੀਆਂ ਨਾ, ਛੇਤੀ ਅੱਖਾਂ ਖੁੱਲ ਗਈਆਂ। ਨਹੀਂ ਤਾਂ ਲੋਕ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਸੀਗਾ ਕਿ ਪਾੜ ਨੂੰ ਫਿਰਦੇ ਨਾ ਤੁਹਾਨੂੰ। ਮਸਾਂ ਤੁਸੀਂ ਰੋਟੀ ਚੁੱਕ ਰਹੇ ਹੋਏ ਸੀ, ਹੁਣ ਵਧੀਆ ਆਪਣੀ ਕਬੀਲਦਾਰੀ ਸੈੱਟ ਹੋ ਗਈ ਸੀ। ਚੱਲ ਕੋਈ ਨਾ, ਚੱਲ ਕਾਵਾ ਸੀ ਮੇਰੇ ਸਿਰਾਂ ਨੇ, ਆਜੋ। ਹਾਂਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅਤੇ ਹੁਣੇ ਹੁਣੇ ਤੁਸੀਂ ਆਪਣੀ ਵੀਡੀਓ ਦੇਖ ਕੇ ਹਟੇ ਹੋ, ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ। ਅਤੇ ਜਿਹੜੇ ਆਪਣੇ ਚੈਨਲ ਦੇ ਨਵੇਂ ਹੁੰਦੇ ਨੇ ਉਹ ਆਪਣੇ ਚੈਨਲ ਨੂੰ ਨੀਚੇ ਸਬਸਕ੍ਰਾਈਬ ਲਿਖਿਆ ਹੋਇਆ ਤਾਂ ਇਹ ਜ਼ਰੂਰ ਓਕੇ ਕਰਦਿਆ ਕਰੋ ਇੱਕ ਵਾਰ, ਅਤੇ ਇੱਕ ਬਟਨ ਆਲ 'ਤੇ ਕਰਕੇ ਰੱਖਿਆ ਕਰੋ, ਫਿਰ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਉਂਦਾ ਤਾਂ ਆਪਣੀ ਵੀਡੀਓ ਦਾ ਤੁਹਾਡੇ ਕੋਲ
ਆਪਣੇ ਆਪ ਹੀ ਅੱਗੇ ਆ ਜਾ ਕਰੂਗਾ, ਜੋ ਵੀ ਆਪਾਂ ਵੀਡੀਓ ਅਪਡੇਟ ਕਰਿਆ ਕਰਾਂਗੇ ਨਾਲ ਦੀ ਨਾਲ ਤੁਹਾਡੇ ਸਾਹਮਣੇ ਆ ਜਾ ਕਰੂਗੀ। ਬਾਕੀ ਜੇ ਕੋਈ ਆਪਣਾ ਵੀਰ ਕਈ ਵਾਰੀ ਕੋਈ ਸਟੋਰੀ ਲਿਖਦਾ ਹੁੰਦਾ ਵਧੀਆ ਰਾਈਟਰ ਹੁੰਦਾ ਤਾਂ ਆਪਣੇ ਨਾਲ ਉਹ ਵੀ ਜ਼ਰੂਰ ਕੰਟੈਕਟ ਕਰਿਓ, ਥੱਲੇ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਨੰਬਰ ਦਿੱਤਾ ਹੋਇਆ ਅਤੇ ਇੰਸਟਾਗ੍ਰਾਮ 'ਤੇ ਆਪਣੀ ਆਈਡੀ ਵੀ ਆ ਕਾਲਾ ਸਿੱਧੂ ਮਿਊਜ਼ਿਕ ਨਾਂ 'ਤੇ। ਕੋਈ ਕਈ ਵਾਰ ਵੀਡੀਓ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੁੰਦਾ ਤਾਂ ਆਪਾਂ ਨੂੰ ਉੱਥੇ ਇੱਕ ਵਾਰ ਪ੍ਰੋਫਾਈਲ ਜ਼ਰੂਰ ਦਿਖਾ ਦਿਓ। ਬਾਕੀ ਜਿਹੜੇ ਵਧੀਆ ਆਪਣੇ ਵੀਡੀਓ ਦੇ ਨੀਚੇ ਕਮੈਂਟ ਕਰਦੇ ਨੇ ਆਪਾਂ ਉਹਨਾਂ ਦੇ ਨਾਮ ਬੋਲਦੇ ਹਾਂ ਜੀ। ਦਰਸ਼ਨ ਸਿੰਘ, ਉੱਪਲ ਝਨੇਰ, ਨਵਜੋਤ ਸਿੰਘ, ਸੋਨੂ ਸਿੰਘ, ਵਿਜੇ ਕੁਮਾਰੀ, ਜੰਨਤ ਪ੍ਰੀਤ, ਕਵਲ ਚਾਵਲ, ਆਸਟਰੀਆ, ਇਹਨਾਂ ਦੇ ਵਧੀਆ ਕਮੈਂਟ ਹੁੰਦੇ ਨੇ ਵੀ ਜਿਹੜੇ ਆਪਣੇ ਪੂਰੇ ਵਧੀਆ ਵਧੀਆ ਵੱਡੇ ਵੱਡੇ ਕਮੈਂਟ ਕਰਦੇ ਨੇ ਆਪਾਂ ਉਹਨਾਂ ਦੇ ਨਾਮ ਨੋਟਿਸ ਕਰਕੇ ਨਾ ਇੱਕ ਵਾਰ ਲਾਸਟ 'ਤੇ ਵੀਡੀਓ 'ਤੇ ਜ਼ਰੂਰ ਬੋਲਿਆ ਕਰਾਂਗੇ। ਭੁਪਿੰਦਰ ਸਿੰਘ ਸਰਾਂ, ਸੁਨੈਨਾ, ਅੰਬਰ ਢੀਂਡਸਾ ਕਨੇਡਾ, ਇਹਨਾਂ ਦੇ ਵੀ ਬਹੁਤ ਵਧੀਆ ਕਮੈਂਟ ਆਉਂਦੇ ਹੁੰਦੇ ਨੇ। ਰਾਜ ਖੀਵਾ ਮਾਨਸਾ, ਤੁਹਾਡੇ ਵਾਈਜ਼ ਵੀ ਬਹੁਤ ਵਧੀਆ ਕਮੈਂਟ ਕਰਦੇ ਹੁੰਦੇ ਹੋ ਅਤੇ ਜਿਵੇਂ ਵੀ ਤੁਸੀਂ ਕਮੈਂਟ ਦੇ ਵਿੱਚ ਰਹਿ ਦਿੰਦੇ ਨੇ ਆਪਾਂ ਉਹਦੇ ਮੁਤਾਬਕ ਹੀ ਚੱਲਦੇ ਨੇ। ਜੋ ਵੀ ਤੁਸੀਂ ਕਹਿੰਦੇ ਹੋ, ਜਿਵੇਂ ਪਿਛਲੀ ਵੀਡੀਓ ਦੇ ਵਿੱਚ ਥੋੜ੍ਹੀ ਸਾਊਂਡ ਦੀ ਦਿੱਕਤ ਸੀਗੀ ਵੀ ਆਪਣਾ ਜਿਹੜਾ ਮਿਊਜ਼ਿਕ ਲੱਗਿਆ ਹੋਇਆ ਸੀ ਨਾ ਉਹ ਥੋੜ੍ਹਾ ਜ਼ਿਆਦਾ ਸੁਣਾਈ ਦੇ ਰਿਹਾ ਸੀ ਅਤੇ ਡਾਇਲੋਗ ਥੋੜ੍ਹੇ ਜਿਹੇ ਘੱਟ ਸੁਣਾਈ ਦੇ ਰਹੇ ਸੀ, ਉਹ ਐਡੀਟਿੰਗ ਵੇਲੇ ਥੋੜ੍ਹਾ ਮੋਟਾ ਮਿਸਟੇਕ ਹੋ ਜਾਂਦਾ ਜਦੋਂ ਆਪਾਂ ਨੂੰ ਕਈ ਵਾਰ ਜਲਦੀ ਦੇ ਵਿੱਚ ਕਰਨੀ ਪੈਂਦੀ ਹੁੰਦੀ ਆ, ਜਿਵੇਂ ਹੁਣ ਪਿੱਛੇ ਜਿਵੇਂ ਵਿਆਹ ਜਾਣਾ ਸੀ ਤਾਂ ਕਾਲੀ ਦੇ ਵਿੱਚ ਕਰਨੀਆਂ ਪਈਆਂ ਸੀਗੀਆਂ। ਅਤੇ ਮਟੀਨ ਸਕਿੰਡ, ਅਰਪਣਜੋਤ ਕੌਰ, ਰਣਦੀਪ ਕੌਰ ਵਿਦੇਸ਼ਾ, ਆਪਣੀ ਸੋਚ, ਬਲਵਿੰਦਰ ਮੰਡੇਰ, ਸਿੰਮੀ ਨਫਰੀ, ਮਨਪ੍ਰੀਤ ਕੌਰ, ਅਤੇ ਵੀਰਪਾਲ ਕੌਰ, ਮਨਪ੍ਰੀਤ ਕੌਰ, ਹੋਰ ਵੀ ਬਹੁਤ ਨਾਮ ਆਪਣੇ ਕੋਲ ਪਏ ਹੁੰਦੇ ਨੇ ਬਾਈ, ਅਤੇ ਬਾਕੀ ਆਪਾਂ ਸਾਰਿਆਂ ਦੇ ਨਾਂ ਹੀ ਜ਼ਰੂਰ ਬੋਲਿਆ ਕਰਾਂਗੇ ਜਿਵੇਂ ਜਿਵੇਂ ਵੀਡੀਓ ਥੱਲੇ ਕਮੈਂਟ ਆਈ ਜਾਇਆ ਕਰਨਗੇ, ਵੱਡੇ ਵੱਡੇ ਆਪਾਂ ਸਾਰਿਆਂ ਦੇ ਨਾਮ ਉੱਦਾਂ ਹੀ ਬੋਲਦੇ ਰਹਾਂਗੇ। ਬਾਕੀ ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਵੀਡੀਓ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਕਿਹੜਾ ਕਰੈਕਟਰ ਲੱਗ ਰਿਹਾ ਅਤੇ ਐਕਟਿੰਗ ਕਿਹਦੀ ਕਿਵੇਂ ਲੱਗਦੀ ਆ ਅਤੇ ਕਿਸ ਨੂੰ ਆਪਾਂ ਵੀਡੀਓ ਦੇ ਵਿੱਚ ਲੈ ਕੇ ਆਈਏ ਉਹ ਵੀ ਜ਼ਰੂਰ ਦੱਸਿਆ ਕਰੋ। ਕਿੱਦਾਂ ਦੀ ਸਟੋਰੀ ਲੈ ਕੇ ਆਈਏ, ਜਿਵੇਂ ਇੱਕ ਆਪਣੀ ਪਹਿਲਾਂ ਚੱਲੀ ਸੀ ਗੱਡੀਆਂ ਵਾਲੀ ਤਾਰੋ, ਜੇ ਤੁਸੀਂ ਉਹੀ ਗੱਡੀਆਂ ਵਾਲੀ ਤਾਰੋ ਵੇਖਣਾ ਚਾਹੁੰਦੇ ਹੋ ਤਾਂ ਆਪਾਂ ਉਸਦਾ ਨੈਕਸਟ ਪਾਰਟ ਵੀ ਲੈ ਕੇ ਆਵਾਂਗੇ। ਤਾਂ ਇਸ ਵੀਡੀਓ ਥੱਲੇ ਜਿੰਨਾ ਹੋ ਸਕਿਆ ਫਿਰ ਕਮੈਂਟ ਕਰਕੇ ਕਿਹੋ ਵੀ ਨੈਕਸਟ ਪਾਰਟ, ਜੇ ਆਪਾਂ ਨੂੰ ਘੱਟੋ ਘੱਟ ਤੁਹਾਡੇ 20-25 ਕਮੈਂਟ ਨੈਕਸਟ ਪਾਰਟ ਦੇ ਆਉਂਦੇ ਨੇ ਤਾਂ ਆਪਾਂ ਨੈਕਸਟ ਪਾਰਟ ਜ਼ਰੂਰ ਲੈ ਕੇ ਆਵਾਂਗੇ। ਅਤੇ ਬਸ ਇੱਦਾਂ ਹੀ ਸਪੋਰਟ ਬਣਾਈ ਰੱਖੋ ਅਤੇ ਜਿਨ੍ਹਾਂ ਕੋਲ ਇੰਸਟਾਗ੍ਰਾਮ ਚੱਲਦਾ ਉਹ ਆਪਾਂ ਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਨੇ, ਉੱਥੇ ਵੀ ਆਪਾਂ ਕਮੇਡੀ ਰੀਲਸ ਪਾਉਂਦੇ ਹੁੰਦੇ ਹਾਂ। ਇੰਸਟਾਗ੍ਰਾਮ ਆਈਡੀ ਆਪਣੀ ਕਾਲਾ ਸਿੱਧੂ ਮਿਊਜ਼ਿਕ ਨਾਮ 'ਤੇ ਆ ਅਤੇ ਫੇਸਬੁੱਕ ਪੇਜ ਵੀ ਆਪਣਾ ਕਾਲਾ ਸਿੱਧੂ ਮਿਊਜ਼ਿਕ ਨਾਮ 'ਤੇ ਹੀ ਆ। ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਓ ਜੀ ਅਤੇ ਲਾਈਕ ਕਮੈਂਟ ਸ਼ੇਅਰ ਇੱਦਾਂ ਹੀ ਕਰਦੇ ਰਹਿਣਾ। ਬਾਕੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ।